ਵਾਜੂ ਸੋਹਬ ਜੀਓ ਫਰਸੋ ਹੀਰਾ ਛੱਡ ਕੇ ਕਰ ਹੈ ਆਨਕੀ ਆਸ ਤੇ ਨਰ ਦੋਜਕ ਜਾਹੇਗੇ ਸਤ ਪਖੇ ਰਵਿਦਾਸ ਬੇਸਮਾਰ ਅਥਾਹ ਅਗਣਤੇ ਅਤੁਲੈ ਜਿਉਂ ਬਲਾਵ ਹੋ ਤੇਉ ਨਾਨਕ ਦਾਸ ਬੋਲੇ ਸਤਿਗੁਰ ਜੀ ਜਿਉ ਬਲਾਵੋ ਤੇਉ ਨਾਨਕ ਦਾਸ ਬੋਲੇ ਸਹਬਾਂ ਦੀ ਪਾਵਨ ਹਜ਼ੂਰੀ ਅੰਦਰ ਸ਼ੋਭਤ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਿਚਾਰਾਂ ਦੀ ਸਾਜ ਤੋਂ ਪਹਿਲਾਂ ਕਨਗੀਧਰ ਸਰਬੰਸਦਾਨੀ ਪਿਤਾ ਵੱਲੋਂ ਬਖਸ਼ੀ ਅਤੇ ਦਾਸ ਵੱਲੋਂ ਬੁਲਾਈ ਗੁਰ ਫਤਿਹ ਪ੍ਰਵਾਨ ਕਰੋ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਮੂਹ ਸੰਗਤ ਪ੍ਰੇਮ ਸਹਿਤਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼੍ਰੋਮਣੀ ਭਗਤ ਭਗਤ ਰਬਦਾਸ ਸਾਹਿਬ ਜੀ ਤੇਨਾਂ ਦੇ ਪਾਵਨ ਆਗਮਨ ਦਿਹਾੜਿਆਂ ਦੇ ਸੰਬੰਧ ਵਿੱਚ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹਾਂ ਆਓ ਰਹਿੰਦੇ ਸਮੇਂ ਵਿੱਚ ਇਸੇ ਤਰ੍ਹਾਂ ਇਕਾਗਰਤਾ ਦਾ ਸਬੂਤ ਦੇਣ ਦੀ ਕਿਰਪਾਲਤਾ ਕਰਿਓ ਆਪੋ ਆਪਣੇ ਫੋਨ ਕਿਰਪਾ ਕਰਕੇ ਜਸ ਸਾਇਲੈਂਟ ਮੂਡ ਤੇ ਲਾ ਲਓ ਜੇ ਹੋ ਸਕੇ ਤਾਂ ਬੰਦ ਕਰ ਦਿਓ ਕਿਸੇ ਤਰ੍ਹਾਂ ਦੀ ਵੀ ਆਵਾਜ਼ ਰਹਿੰਦੇ ਸਮੇਂ ਵਿੱਚ ਨਾ ਆਵੇ ਜੇ ਜ਼ਰੂਰੀ ਕੋਈ ਗੱਲਬਾਤ ਹੈ ਤਾਂ ਬਿਲਕੁਲ ਹੌਲੀ ਆਵਾਜ਼ ਵਿੱਚ ਕੀਤੀ ਜਾਏ ਆਓ ਇੱਕ ਵਾਰ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੰਗਾ ਦੇ ਕਿਨਾਰੇ ਤੇ ਕੁਝ ਲਹਿਰਾਂ ਪੈਦਾ ਹੁੰਦੀਆਂ ਨੇ ਕੁਝ ਲਹਿਰਾਂ ਸਮਾਜ ਦੇ ਭਲੇ ਵਾਸਤੇ ਸੀ ਕੁਝ ਲੈ ਰਹਾਂ ਸਮਾਜ ਦੇ ਨਿਹਾਰ ਵਾਸਤੇ ਸੀ ਜਿਵੇਂ ਕਿ ਐਸੇ ਧਰਤੀ ਤੇ ਕਾਂਸੀ ਬਨਾਰਸ ਜਿੱਥੇ ਦੋ ਰੱਬੀ ਰੂਹਾਂ ਦਾ ਆਉਣਾ ਹੋਇਆ ਹੈ ਭਗਤ ਕਬੀਰ ਸਾਹਿਬ ਤੇ ਭਗਤ ਰਬਦਾਸ ਸਾਹਿਬ ਜੀ ਇਥੇ ਬਹੁਤ रूप ਵਿੱਚ ਜਾਤ ਪਾਤ ਕਰਮ ਕਾਂਡ ਵਹਿਮ ਇਤ ਆਦਿਕ ਜੋ ਸਮਾਜ ਨੂੰ ਵੰਡਣ ਵਾਲੇ ਇਸ ਚੀਜ਼ ਦਾ ਪ੍ਰਭਾਵ ਸੀ ਤਾਂ ਕਾਲਪੁਰਖ ਨੇ ਕਿਰਪਾ ਕੀਤੀ ਕਿ ਆਪਣਾ ਭਗਤ ਆਪਣਾ ਪਿਆਰਾ ਉਨਾਂ ਇਸ ertidite ਭੇਜਿਆ ਗੰਗਾ ਦੇ ਕਿਨਾਰੇ ਤੇ ਇਹ ਨਗਰ ਵਸਿਆ ਜਿਹਨੂੰ ਆਪਾਂ ਕਾਂਸੀ ਬਨਾਰਸ ਕਹਿੰਦੇ ਹਾਂ ਤੇ ਗੰਗਾ ਦੇ ਕਿਨਾਰੇ ਤੇ ਹੀ ਪਟਨਾ ਸਾਗ ਹੈ ਦਾਸ ਨੇ ਪਹਿਲਾਂ ਬੇਨਤੀ ਕੀਤੀ ਕੁਝ ਲਹਿਰਾਂ ਚੱਲੀਆਂ ਨੇ ਗੰਗਾ ਦੇ ਕਿਨਾਰੇ ਤੋਂ ਹੁਣ ਤੁਸੀਂ ਦੋ ਦੋਵਾਂ ਨੂੰ ਮੈਚ ਕਰਕੇ ਵੇਖੋ ਇੱਕ ਪਾਸੇ ਸਨ 1666 ਜਦੋਂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਆਉਣਾ ਹੋਇਆ ਇੱਕ ਪਾਸੇ ਭਗਤ ਰਬਦਾਸ ਸਾਹਿਬ ਭਗਤ ਕਬੀਰ ਸਾਹਿਬ ਉਹਨਾਂ ਦਾ ਆਉਣਾ ਹੋਇਆ ਪਹਿਲਾਂ ਜਿਹੜੀ ਲਹਿਰ ਚੱਲ ਰਹੀ ਸੀ ਉਹ ਸਮਾਜ ਨੂੰ ਵੰਡ ਰਹੀ ਸੀ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਨੀਮੀ ਜਾਤ ਦੇ ਕਿਹਾ ਜਾਂਦਾ ਸੀ ਅਖੌਤੀ ਨੀਮੀ ਜਾਤ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਗੱਲ ਜਾਤ ਦੀ ਨਹੀਂ ਹੈ ਇੱਥੇ ਗੱਲ ਜੋਤ ਦੀ ਹੈ ਸਾਡਾ ਨਾਤਾ ਵਾਹਿਗੁਰੂ ਨਾਲ ਜੋਤ ਕਰਕੇ ਹੈ ਖਾਲਸੇ ਨਾਲ ਵੀ ਜੋਤ ਕਰਕੇ ਹੈ ਤੇ ਦੁਨੀਆ ਨਾਲ ਵੀ ਜੋਤ ਕਰਕੇ ਹੈ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਭ ਮੈਂ ਚਾਨਨ ਹੋਏ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਇਹਨੂੰ ਇਹਦਾ ਵਿਸਥਾਰ ਹੋ ਸਕਦਾ ਹੈ ਹੋਰ ਪ੍ਰਮਾਣ ਇਸ ਸੰਦਰਭ ਵਿੱਚ ਦਿੱਤੇ ਜਾ ਸਕਦੇ ਨੇ ਪਰ ਗੱਲ ਆਪਾਂ ਹੋਰ ਕਰਨੀ ਹੈ ਤਾਂ ਜਿਹੜਾ ਗੁਰਸਿੱਖ ਦਾ ਨਾਤਾ ਵਾਹਿਗੁਰੂ ਨਾਲ ਹੈ ਗੁਰੂ ਨਾਲ ਹੈ ਖਾਲਸੇ ਨਾਲ ਹੈ ਸਮਾਜ ਨਾਲ ਹੈ ਦੁਨੀਆ ਨਾਲ ਹੈ ਉਹ ਜਾਤ ਦਾ ਨਹੀਂ ਹੈ ਉਹ ਜੋਤ ਦਾ ਹੈ ਆਸੀਂ ਸਭ ਦੇ ਵਿੱਚੋਂ ਜੋਤ ਵੇਖਣੀ ਹੈ ਪਰ ਉਹ ਜੋਤ ਦੀ ਸਖਿਆਤ ਤੱਕ ਕਿਵੇਂ ਹੋਵੇ ਅਜੇ ਤਾਂ ਅਸੀਂ ਧਰਮਾਂ ਤੱਕ ਜਾਤਾਂ ਪਾਤਾਂ ਤੱਕ ਰੰਗ ਰੂਪ ਨਸਲ ਤੱਕ ਰੁਕੇ ਹੋਏ ਹਾਂ ਉਹਦੇ ਵਿੱਚ ਗੁਰੂ ਨੂੰ ਆਉਣਾ ਪੈਣਾ ਹੈ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਤੇ ਚੱਲ ਕੇ ਉਸ ਜੋਤ ਦੀ ਸਖਿਆਤ ਤਾਂ ਹੋ ਸਕਦੀ ਹੈ ਵੀ ਜਦੋਂ ਸਰੀਰਾਂ ਦਾ ਰੰਗਾਂ ਦਾ ਨਸਲਾਂ ਦਾ ਜਾਤਾਂ ਪਾਤਾਂ ਦਾ ਧਰਮਾਂ ਦਾ ਪਹਿਰਾਵਿਆਂ ਦਾ ਭੇਦ ਮਿਟ ਜਾਏ ਸਿਰਫ ਜੋਤ ਹੀ ਦਿਸੇ ਉਹ ਤਾਂ ਹੁੰਦਾ ਹੈ ਜੇ ਗੁਰੂ ਵਿੱਚ ਹੋਵੇ ਤਾਂ ਏਸੇ ਗੰਗਾ ਦੇ ਕਿਨਾਰੇ ਤੇ ਦੋ ਭਗਤ ਉਹਨਾਂ ਨੇ ਭਗਤੀ ਲਹਿਰ ਨੂੰ ਪ੍ਰਚੰਡ ਕੀਤਾ ਚੱਲੀ ਸੀ ਇਹ ਦੱਖਣ ਤੋਂ ਭਗਤੀ ਲਹਿਰ ਦੱਖਣ ਤੋਂ ਚੱਲਦੀ ਐ ਇਹਦਾ ਪ੍ਰਚੰਡ ਰੂਪ ਵੇਖਣ ਵਿੱਚ ਕਾਂਸੀ ਦੀ ਧਰਤੀ ਤੇ ਆਇਆ ਤੇ ਉਧਰ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਅਸ਼ੋਕ ਨੇ ਸ਼ਾਸਤਰ ਛੁੱਟੇ ਸੀ ਉਥੋਂ ਹੀ ਕਲੰਗੀ ਧਰ ਨੇ ਚੁੱਕੇ ਸੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਸਤੇ ਜੋ ਇਸ ਤਰ੍ਹਾਂ ਦੀ ਗੁਲਾਮੀ ਮਾਨਸਿਕ ਗੁਲਾਮੀ ਲੋਕਾਂ ਦੇ ਮਨਾਂ ਵਿੱਚ ਪਾ ਦਿੱਤੀ ਗਈ ਸੀ ਕਿ ਤੁਸੀਂ ਲੋਕ ਹਥਿਆਰਾਂ ਨੂੰ ਸ਼ਾਸਤਰਾਂ ਦੇ ਮੁਠਿਆ ਵਿੱਚ ਹੱਥ ਨਹੀਂ ਪਾ ਸਕਦੇ ਕਿਉਂਕਿ ਸਮਾਜ ਨੂੰ ਚਾਰ ਹਿੱਸਿਆਂ ਵਿੱਚ ਪ੍ਰੋਹਤ ਜਮਾਤ ਨੇ ਵੰਡ ਦਿੱਤਾ ਸੀ ਬ੍ਰਹਮਣ ਖੱਤਰੀ ਵੈਸ਼ ਤੇ ਸੂਦਰ ਇਹ ਚਾਰ ਹਿੱਸਿਆਂ ਵਿੱਚ ਵੰਡ ਦਿੱਤੇ ਗਏ ਪੜਨ ਪੜਾਉਣ ਦਾ ਅਧਿਕਾਰ ਬ੍ਰਹਮ ਦੀ ਗੱਲ ਕਰਨ ਦਾ ਅਧਿਕਾਰ ਕਿਹਾ ਜਾਂਦਾ ਸੀ ਕਿ ਕੇਵਲ ਬ੍ਰਹਮਣ ਨੂੰ ਹੈ ਖੱਤਰੀ ਦਾ ਅਧਿਕਾਰ ਹੈ ਉਹ ਜੰਗ ਯੁੱਧ ਕਰੇ ਵੈਸ਼ ਦਾ ਅਧਿਕਾਰ ਹੈ ਉਹ ਕੰਮ ਕਾਜ ਕਰੇ ਪਦਾਰਥ ਦਾ ਮਾਇਆ ਦਾ ਪ੍ਰਬੰਧ ਕਰੇ ਤੇ ਸੂਦਰ ਦਾ ਅਧਿਕਾਰ ਹੈ ਕਿ ਉਹ ਬਾਕੀ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਨਿੱਕੇ ਮੋٹے ਕੰਮ ਕਰੇ ਸਫਾਈ ਕਰੇ ਅਰ ਸੂਦਰ ਵਾਸਤੇ ਇੱਕਲਾ ਸੀ ਕਿ ਉਹ ਮੰਦਰ ਵਿੱਚ ਧਾਰਮਿਕ ਸਥਾਨ ਤੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਐ ਕਿ ਉਹ ਆਪਣੀਆਂ ਅੱਖਾਂ ਨਾਲ ਕੋਈ ਧਾਰਮਿਕ ਦ੍ਰੰਥ ਵੇਖ ਨਹੀਂ ਸੀ ਸਕਦਾ ਕੰਨਾਂ ਨਾਲ ਧਰਮ ਦੀ ਗੱਲ ਸੁਣ ਨਹੀਂ ਸੀ ਸਕਦਾ ਜੀਭ ਨਾਲ ਰੱਬ ਦਾ ਨਾਮ ਲੈ ਨਹੀਂ ਸੀ ਸਕਦਾ ਜੇ ਕੋਈ ਐਸਾ ਕਰਦਾ ਸੀ ਤਾਂ ਉਸ ਦੀ ਜੀਵ ਕੱਟ ਦਿੱਤੀ ਜਾਂਦੀ ਸੀ ਉਸਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਧਾਰਕਮ ਅਸਥਾਨਾਂ ਤੋਂ ੱੱੱਕੇ ਵੱਜਦੇ ਸੀ ਇੱਕ ਗੁਰਨਾਮ ਸਿੰਘ ਮੁਕਤਸਰ ਹੋਇਆ ਹੈ ਰਾਈਟਰ ਹੈ ਉਹ ਉਹਦੀ ਇੱਕ ਕਿਤਾਬ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ ਬੜੀ ਆਲਾ ਦਰਜੇ ਦੀ ਕਿਤਾਬ ਹੈ ਪੜਨ ਵਾਲੀ ਹੈ ਉਹਦੇ ਵਿੱਚ ਸਾਰਾ ਇਹ ਸਿਸਟਮ ਲਿਖਿਆ ਹੋਇਆ ਹੈ ਬੜਾ ਖੋਲ ਕੇ ਲਿਖਿਆ ਉਹਨੇ ਰੋ ਵਿਚਾਰ ਤਾਂ ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਇਹ ਚੀਜ਼ਾਂ ਨੂੰ ਤੱਕਾਂਗੇ ਜੀਵ ਕੱਟਣ ਦੀ ਗੱਲ ਇੱਥੇ ਵੀ ਆਈ ਹੈ ਪਰ ਕਦੋਂ ਕੱਟੀ ਜਾਏ ਜੀਵ ਇਹ ਨਹੀਂ ਕਿਹਾ ਵੀ ਜਦੋਂ ਕੋਈ ਨੀਵੀਂ ਜਾਤ ਦਾ ਰੱਬ ਦਾ ਨਾਮ ਲੈਂਦਾ ਉਦੋਂ ਜੀਵ ਕੱਟੋ ਨਹੀਂ ਰੇ ਜੇਬਾ ਕਰੋ ਸਤਖੰਡ ਜਾਮਨ ਉਚਰਸ ਸ੍ਰੀ ਗੋਵਿੰਦ ਜੇ ਜੇਬਾ ਰੱਬ ਦਾ ਨਾਮ ਨਹੀਂ ਲੈਂਦੀ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਜੇਬਾ ਦੇ ਜਿਹੜੇ ਟੋਕੜੇ ਨੇ ਕਰ ਦੇਣੇ ਚਾਹੀਦੇ ਨੇ ਇੱਥੇ ਕੰਨ ਬੰਦ ਕਰਨ ਦੀ ਗੱਲ ਹੈ ਪਰ ਇਹ ਨਹੀਂ ਕਿ ਨੀਵੀਂ ਜਾਤਾਂ ਦੇ ਲੋਕਾਂ ਦੇ ਕੰਨ ਬੰਦ ਕਰ ਦੋ ਨਹੀਂ ਨਹੀਂ ਇਹ ਤੇ ਹੈ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ ਸਾਕਤ ਗੀਤ 나ਦ ਤੁਨ ਗਾਵਤ ਬੋਲਤ ਬੋਲ ਅਜਾਏ ਐ ਰੱਬ ਜੀ ਉਹ ਵਕਤ ਮੇਰੇ ਕੰਨ ਬੰਦ ਕਰ ਦਈ ਮੈਨੂੰ ਸੁਣਨਾ ਹੀ ਬੰਦ ਹੋ ਜੇ ਜਦੋਂ ਇੱਕ ਪਾਸੇ ਅਸ਼ਲੀਲ ਗਾੜੇ ਚੱਲਦੇ ਹੋਣ ਤੇਰੇ ਨਾਲ ਟੁੱਟਣ ਦੀ ਕੋਈ ਗੱਲ ਚੱਲਦੀ ਹੋਵੇ ਮੇਰੇ ਕੰਨ ਬੰਦ ਕਰ ਦਿਓ ਤਾਂ ਫਿਰ ਗੁਰੂ ਨਾਨਕ ਮਹਾਰਾਜ ਦੇ ਘਰ ਨੇ ਇਹ ਗੱਲ ਸਮਝਾਈ ਕਿ ਧਰਮ ਸਾਰਿਆਂ ਦਾ ਅਧਿਕਾਰ ਹੈ ਨਾਮ ਜਪਣ ਦਾ ਸਾਰਿਆਂ ਦਾ ਅਧਿਕਾਰ ਹੈ ਉਹਨੂੰ ਪਿਆਰ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ ਯੋਗ ਸ਼ਬਦੋਂ ਗਿਆਨ ਸ਼ਬਦੋਂ ਵੇਦ ਸ਼ਬਦੋਂ ਬ੍ਰਹਮਣ ਹੈ ਖੱਤਰੀ ਸ਼ਬਦੋਂ ਸੂਰ ਸ਼ਬਦੋਂ ਸੂਦਰ ਸ਼ਬਦੋਂ ਪਰਾਕਿਰਤ ਹੈ ਸਰਬੂ ਸ਼ਬਦੋਂ ਇੱਕ ਸ਼ਬਦੋਂ ਜੇ ਕੋ ਜਾਣੇ ਭਿਓ ਨਾਨਕਤਾ ਕਾ ਦਾਸ ਹੈ ਸੋਈ ਨਰੰਜਨ ਦੇਓ ਆਪਨ ਬਾਪੈ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਭਗਤ ਰਵਦਾਸ ਸਾਹਿਬ ਕੀ ਕਹਿੰਦੇ ਐ ਲੋਕੋ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ ਨਾ ਇਹ ਕਿਸੇ ਦੀ ਜੱਦੀ ਜਾਇਦਾਦ ਨਹੀਂ ਨਹੀਂ ਇਹ ਪਿਤਾ ਪੁਰਖ ਹੀ ਨਹੀਂ ਵੀ ਉਹ ਮਿਲਦਾ ਹੋਵੇ ਇਹ ਤਾਂ ਗੱਲ ਪ੍ਰੇਮਾ ਭਗਤੀ ਦੀ ਹੈ ਵੀ ਜਦੋਂ ਕੋਈ ਪ੍ਰੇਮ ਨਾਲ ਉਹਨੂੰ ਯਾਦ ਕਰਦਾ ਹੈ ਉਹ ਗੱਲ ਨਾਲ ਲਾ ਲੈਂਦਾ ਹੈ ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਤੇ ਸਤਗੁਰੂ ਜੀ ਨੇ ਇਹ ਜਿਹੜੇ ਮਾਨਸਿਕ ਗੁਲਾਮੀਆਂ ਸੀ ਇਹ ਤੋੜੀਆਂ ਤੇ ਭਗਤ ਜਣਾ ਨੇ ਇਹਦੇ ਵਿਰੁੱਧ ਇੱਕ ਗਿਆਨ ਦਾ ਝੰਡਾ ਚੁੱਕਿਆ ਇੱਥੋਂ ਤੱਕ ਕਬੀਰ ਸਾਹਿਬ ਨੇ ਕਹਿ ਦਿੱਤਾ ਜੋ ਤੋ ਬ੍ਰਹਮਣ ਬ੍ਰਹਮਣੀ ਜਾਇਆ ਤਉ ਆਣ ਬਾਟ ਕਾਹੇ ਨਹੀਂ ਆਇਆ ਕਿ ਤੁਸੀਂ ਕਹਿਣੇ ਹੋ ਤੁਹਾਡੇ ਕੰਨ ਬੰਦ ਕਰ ਦਵਾਂਗੇ ਤੁਹਾਡੀ ਜੀਬ ਕੱਟ ਦਵਾਂਗੇ ਬਲਕੇ ਇਹ ਵੀ ਸੀ ਕਿ ਜਦੋਂ ਕੋਈ ਅਖੌਤੀ ਨੀਵੀਂ ਜਾਤ ਦਾ ਬੰਦਾ ਰਸਤੇ ਤੇ ਤੁਰਦਾ ਸੀ ਤਾਂ ਬਨਾਰਸ ਕਾਂਸੀ ਦੀ ਧਰਤੀ ਤੇ ਜਦੋਂ ਭਗਤ ਰਵਦਾਸ ਸਾਹਿਬ ਜੀ ਦਾ ਜਨਮ ਹੁੰਦਾ ਹੈ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਆਪਣੇ ਗਾਲ ਵਿੱਚ ਇੱਕ ਟੱਲ ਬਣ ਕੇ ਤੁਰੋ ਕਿਉਂ ਕਿਉਂਕਿ ਬ੍ਰਾਹਮਣ ਨੂੰ ਪਤਾ ਲੱਗ ਜੇ ਵੀ ਕੋਈ ਸੂਦਰ ਆ ਰਿਹਾ ਹੈ ਕਿ ਤੇ ਉਹਦੇ ਮੱਥੇ ਲੱਗ ਕੇ ਪ੍ਰਿਸ਼ਟ ਨਾ ਹੋ ਜੇ ਉਹ ਪਿੱਟਿਆ ਨਾ ਜਾਵੇ ਜਿਹੜੇ ਦਰਖਤ ਤੇ ਕੋਈ ਫਲ ਲੱਗੇ ਐ ਉਹਦੇ ਹੇਠ ਦੀ ਕੋਈ ਸੂਦਰ ਲੰਘ ਨਹੀਂ ਸੀ ਸਕਦਾ ਕਿਉਂ ਜਿਹੜੇ ਉਹ ਫਲ ਨੇ ਕਹਿੰਦੇ ਉਹ ਜ਼ਹਿਰ ਦੀ ਨਿਆਹੀ ਹੋ ਜਾਂਦੇ ਨੇ ਕਿਤੇ ਬ੍ਰਾਹਮਣ ਨਾ ਖਾ ਲਵੇ ਇੱਥੋਂ ਤੱਕ ਕਿ ਜਦੋਂ ਕੋਈ ਨੀਵੀਂ ਜਾਤ ਦਾ ਧਰਤੀ ਤੇ ਜਾਂਦਾ ਸੀ ਰਸਤਿਆਂ ਤੇ ਤੁਰਦਾ ਸੀ ਆਪਣੇ ਪਿੱਛੇ ਦਰਖਤਾਂ ਦੇ ਪੱਤੇ ਬਨ੍ਹ ਕੇ ਤੁਰਦਾ ਸੀ ਕਿਤੇ ਉਹਦੀ ਪੈੜ ਧਰਤੀ ਤੇ ਨਾ ਰਹਿ ਜੇ ਮਤਾਂ ਕਿਤੇ ਹੋਵੇ ਕਿਤੇ ਬ੍ਰਾਹਮਣ ਦੀ ਪੈੜ ਉਹਦੇ ਵਿੱਚ ਆ ਜੇ ਤੇ ਬ੍ਰਹਮ ਭਿੱਟਿਆ ਜਾਏ ਸਿੱਧੇੇ ਸ਼ਬਦਾਂ ਵਿੱਚ ਕਹਿ ਦੇ ਆ ਕਿ ਚਲਾਕ ਕਿਸਮ ਦੇ ਲੋਕਾਂ ਨੇ ਅਖੌਤੀ ਨੀਮੀ ਜਾਤ ਦੇ ਲੋਕਾਂ ਨੂੰ ਪਸ਼ੂਆਂ ਤੋਂ ਭੇੜਾ ਬਣਾ ਦਿੱਤਾ ਸੀ ਇਹ ਕਾਨੂੰਨ ਇਹ ਲਾ ਪਸ਼ੂਆਂ ਤੇ ਲਾਗੂ ਨਹੀਂ ਸੀ ਵੀ ਜਦੋਂ ਕੋਈ ਪਸ਼ੂ ਤੁਰੇ ਧਰਤੀ ਤੇ ਤਾਂ ਦਰਖਤ ਦੇ ਪੱਤੇ ਬਨ ਕੇ ਤੁਰੇ ਵੀ ਉਹਦੀ ਪੈਡ ਮਿਟ ਜਾਏ ਨਹੀਂ ਬਲਕਿ ਨੀਮੀਆ ਜਾਤਾਂ ਦੇ ਲੋਕਾਂ ਤੇ ਇਹ ਲਾ ਲਾਗੂ ਹੁੰਦਾ ਸੀ ਉਹਨਾਂ ਨੇ ਪਸ਼ੂਆਂ ਤੋਂ ਵੀ ਭੇੜਾ ਬਣਾ ਦਿੱਤਾ ਸੀ ਉਹਨਾਂ ਨੂੰ ਹੁਣ ਇੱਕ ਪਾਸੇ ਤਾਂ ਇਸ ਤਰ੍ਹਾਂ ਦਾ ਜਾਤੀ ਸਿਸਟਮ ਹੈ ਜਿਹਦੀਆਂ ਪੀੜ੍hiyan ਗੰਡਾ ਨੇ ਤੇ ਦੂਸਰੇ ਪਾਸੇ ਹੁਕਮਰਾਨ ਨੇ ਉਹ बार-बार ਉਸ ਦੇਸ਼ ਤੇ ਚੜ੍ਹ ਕੇ ਆ ਰਹੇ ਨੇ ਮੁਹੰਮਦ ਬਿਨ ਕਾਸਮ 712 ਵਿੱਚ ਆਇਆ ਸੀ ਇਹ 500 ਬੰਦਾ ਸੀ ਇਹਦੇ ਕੋਲ ਸਿਰਫ ਬਹੁਤ ਧਿਆਨ ਲਾ ਕੇ ਅੰਕੜੇ ਸੁਣਿਓ 500 ਬੰਦਾ ਲੈ ਕੇ ਆਇਆ ਸੀ ਉਹ ਇੱਕ ਦੇਸ਼ ਤੇ ਚੜ੍ਹਾਈ ਕੀਤੀ ਉਹਨੇ ਪਰ ਜਿਸ ਦੇਸ਼ ਤੇ ਚੜ ਕੇ ਆਇਆ ਉੱਥੇ ਉਹਦਾ ਸਮਾਜ ਵੰਡਿਆ ਪਿਆ ਸੀ ਚਾਰ ਹਿੱਸਿਆਂ ਵਿੱਚ ਜੇ ਤਾਂ ਇੱਕ ਹੁੰਦੇ ਏਕੇ ਵਿੱਚ ਤਾਕਤ ਹੈ ਹੁਣ ਜਿਹੜੇ ਬੰਦਿਆਂ ਦੇ ਖੂਬ ਵੱਖਰੇ ਜਿਹੜੇ ਬੰਦਿਆਂ ਦੇ ਚੁੱਲ੍ਹੇ ਵੱਖਰੇ ਜਿਹੜੇ ਬੰਦਿਆਂ ਦਾ ਸਮਾਜ ਵੱਖਰਾ ਉਹਨਾਂ ਦਾ ਦਿਲ ਕੀ ਇੱਕ ਹੋ ਸਕਦਾ ਉਹ ਕਦੋਂ ਇੱਕ ਹੋ ਕੇ ਖੜ ਸਕਦੇ ਨੇ ਜ਼ਾਲਮ ਦੇ ਖਿਲਾਫ ਮੁਹੰਮਦ ਬਿਨ ਕਾਸਮ 500 ਬੰਦਾ ਲੈ ਕੇ ਆਇਆ ਤੇ ਉਹਨੇ ਫਤਿਹ ਪਾ ਲਈ ਸੀ ਇਸ ਦੇਸ਼ ਦੇ ਉੱਪਰ ਉਸ ਤੋਂ ਬਾਅਦ ਮਹਿਮੂਦ ਗਾਜਨਵੀ 17 ਹਮਲੇ ਕਰਦਾ ਹੈ 17 ਦੇ 17 ਜਿੱਤਦਾ ਹੈ ਮੁਹੰਮਦ ਗੌਰੀ ਉਹ ਵੀ ਜਿੱਤਦਾ ਹੈ ਕੁਤਬਦੀਨ ਐਬਕ ਉਹ ਵੀ ਜਿੱਤਦਾ ਹੈ ਹਾਰਿਆ ਕੋਈ ਨਹੀਂ ਇਹਨਾਂ ਵਿੱਚੋਂ ਕਦੇ ਗੁਲਾਮ ਵੰਸ ਵਾਲੇ ਚੜ ਕੇ ਆ ਗਏ ਕਦੇ ਤੁਗਲਕ ਆ ਗਏ ਕਦੇ ਲੋਧੀ ਆ ਗਏ ਤੇ ਫਿਰ ਪਾਣੀ ਪੱਤ ਦੀ ਤੀਸਰੀ ਲੜਾਈ ਬਾਬਰ ਨੇ ਜਿੱਤੀ ਸੀ ਇੱਥੋਂ ਮੁਗਲਾਂ ਦਾ ਰਾਜ ਸ਼ੁਰੂ ਹੁੰਦਾ ਹੈ ਕਦੇ ਮੁਗਲ ਆ ਗਏ ਜਿਹੜਾ ਜਿਹੜਾ ਵੀ ਆਇਆ ਉਹਨੇ ਸਮਾਜ ਨੂੰ ਕੁੱਟਿਆ ਵੀ ਉਹਨੇ ਸਮਾਜ ਨੂੰ ਲੁੱਟਿਆ ਵੀ ਇੱਕ ਪਾਸੇ ਬਾਹਰੀ ਸ਼ਾਸਕ ਨੇ ਦੇਸ਼ ਉੱਪਰ ਚੜ ਕੇ ਆ ਰਹੇ ਨੇ ਤੇ ਦੂਜੇ ਉਹ ਨੇ ਜਿਹੜੇ ਦੇਸ਼ ਦੇ ਵਸਿੰਦੇ ਨੇ ਪਰ ਉਹਨਾਂ ਨੇ ਨੀਵੀਆਂ ਜਾਤਾਂ ਨੂੰ ਅੱਤ ਦਰਜੇ ਦੇ ਹੋਰ ਨੀਵੇਂ ਕਰ ਦਿੱਤਾ ਸੀ ਤਾਂ ਰੱਬੀ ਨੇਤ ਅਕਾਲ ਪੁਰਖ ਦਾ ਭਾਣਾ ਭਗਤ ਜੀ ਦਾ ਇਸ ਧਰਤੀ ਤੇ ਆਉਣਾ ਹੋਇਆ ਇੱਕ ਬੇਨਤੀ ਪਹਿਲਾਂ ਕਰਦੇ ਆਂ ਜਦੋਂ ਭਗਤ ਚੀ ਦਾ ਜੀਵਨ ਪੜੋਗੇ ਤਾਂ ਉਹਨਾਂ ਦੇ ਜੀਵਨ ਦੇ ਵੱਖ-ਵੱਖ ਅੰਕੜੇ ਵੱਖ-ਵੱਖ ਲਿਖਤਾਂ ਵੱਖ-ਵੱਖ ਇਤਿਹਾਸ ਤੁਹਾਨੂੰ ਪੜਨ ਵਾਸਤੇ ਮਿਲੇਗਾ ਪਰ ਸਾਡੇ ਵਾਸਤੇ ਜਿਹੜੀ ਮੁੱਖ ਕਸੌਟੀ ਹੈ ਉਹ ਗੁਰਬਾਣੀ ਹੈ ਇੱਕ ਪਾਸੇ ਗੁਰੂ ਕੀ ਬਾਣੀ ਦੂਜੇ ਪਾਸੇ ਕਹਾਣੀ ਧਿਆਨ ਦਿਓ ਇੱਕ ਪਾਸੇ ਪ੍ਰਚਲਿਤ ਕਹਾਣੀ ਕਿਸੇ ਦੀ ਵੀ ਹੋਵੇ ਇੱਕ ਪਾਸੇ ਗੁਰਬਾਣੀ ਤਾਂ ਅਸੀਂ ਕੀ ਕਰਨਾ ਗੁਰਬਾਣੀ ਦੀ ਕਸੌਟੀ ਤੇ ਕਹਾਣੀ ਨੂੰ ਪਰਖ ਲੈਣਾ ਜੇ ਤਾਂ ਖਰੀ ਹੈ ਤਾਂ ਉਹਨੂੰ ਪ੍ਰਵਾਨ ਕਰ ਲੈਣਾ ਜੇ ਖਰੀ ਨਹੀਂ ਉੱਤਰਦੀ ਤਾਂ ਉਸ ਕਹਾਣੀ ਨੂੰ ਅਸੀਂ ਮੰਨਣਾ ਨਹੀਂ ਕਹਾਣੀ ਨੂੰ ਗੁਰਬਾਣੀ ਦੀ ਕਸੌਟੀ ਤੇ ਪਰਖਣਾ ਹੁਣ ਜਿਹੜੇ ਭਗਤ ਰਬਦਾਸ ਸਾਹਿਬ ਹੋਏ ਇਹਨਾਂ ਨੇ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕੀਤੀ ਪ੍ਰੇਮਾ ਭਗਤੀ ਕੀਤੀ ਭਗਤੀ ਦੇ ਚਾਰ ਰੂਪ ਨੇ ਜਾਂ ਉਹ ਕਹ ਲਿਏ ਵੀ ਭਗਤ ਚਾਰ ਤਰ੍ਹਾਂ ਦੇ ਹੁੰਦੇ ਨੇ ਪਹਿਲੇ ਭਗਤ ਉਹ ਨੇ ਅਰਥੋ ਅਰਥੀ ਮਤਲਬ ਕਿਸੇ ਲੋੜ ਨੂੰ ਮੁੱਖ ਰੱਖ ਕੇ ਰੱਬ ਨੂੰ ਯਾਦ ਕਰਨਾ ਜਿਵੇਂ ਕਿ ਧਰੂ ਭਗਤ ਧਰੂ ਭਗਤ ਦੂਸਰੇ ਆਰਤ ਭਗਤ ਜਦੋਂ ਕੋਈ ਦੁੱਖ ਆਇਆ ਬੇਪਤਾ ਪਈ ਫਿਰ ਰੱਬ ਨੂੰ ਯਾਦ ਕਰਨਾ ਜਿਵੇਂ ਪ੍ਰਹਿਲਾਦ ਭਗਤ ਉਹਨੇ ਯਾਦ ਕੀਤਾ ਜਿਹਨੂੰ ਯਾਦ ਕੀਤਾ ਫਿਰ ਉਹ ਆਇਆ ਉਹਦੀ ਰੱਖਿਆ ਕਰਨ ਵਾਸਤੇ ਤੀਸਰੇ ਹੁੰਦੇ ਨੇ ਅਨੰਨ ਭਗਤ ਭਾਵੇਂ ਕੁਝ ਵੀ ਹੋ ਜੇ ਸਰੀਰ ਛੁੱਟ ਜਾਏ ਤਸੀਹੇ ਦਿੱਤੀ ਜਾਣ ਪਰ ਰੱਬ ਦੀ ਬੰਦਗੀ ਨਹੀਂ ਛੱਡਣੀ ਪਿੰਡ ਪਰੈ ਪੜੈ ਤੋ ਪ੍ਰੀਤ ਨਾ ਤੋੜੋ ਭਗਤ ਨਾਮਦੇਵ ਚੌਥੇ ਹੁੰਦੇ ਨੇ ਭਗਤ ਗਿਆਨੀ ਇਹ ਸਭ ਤੋਂ ਉੱਤਮ ਅਰਜ ਹੈ ਇਹ ਰੱਬ ਦੇ ਅੱਗੇ ਕੋਈ ਮੰਗ ਨਹੀਂ ਰੱਖਦੇ ਵੀ ਅਸੀਂ ਤੇਰੀ ਬੰਦਗੀ ਕਰਦੇ ਆਂ ਭਗਤੀ ਕਰਦੇ ਆਂ ਵੀ ਸਾਨੂੰ ਆ ਆ ਚੀਜ਼ਾਂ ਦੇ ਨਹੀਂ ਉਹ ਆਪਣਾ ਆਪ ਸਮਰਪਣ ਕਰ ਦਿੰਦੇ ਨੇ ਦਰ ਅਸਲ ਜਿਹੜਾ ਭਗਤ ਸ਼ਬਦ ਹੈ ਨਾ ਇਹ ਸੰਸਕ੍ਰਿਤ ਦੀ ਭਾਜਾ ਧਾਤੂ ਤੋਂ ਬਣਿਆ ਜਿਹਦਾ ਅਰਥ ਹੁੰਦਾ ਹੈ ਰੱਬ ਦਾ ਚੇਤਾ ਕਰਨਾ ਸਿਮਰਨ ਕਰਨਾ ਸੇਵਾ ਕਰਨੀ ਉਪਾਸ਼ਨਾ ਕਰਨੀ ਤੇ ਜਿਹੜਾ ਉਸ ਭਗਤੀ ਨੂੰ ਕਰਦਾ ਹੈ ਪ੍ਰੇਮਾ ਭਗਤੀ ਨੂੰ ਕਰਦਾ ਉਹਨੂੰ ਭਗਤ ਕਹਿੰਦੇ ਨੇ ਤੇ ਭਗਤੀ ਅਸਲੀ ਉਹ ਹੈ ਜਿਹੜੀ ਸਿਰ ਦੇ ਕੇ ਰੱਬ ਤੋਂ ਲਈ ਜਾਂਦੀ ਹੈ ਮਤਲਬ ਸਾਰੀਆਂ ਮੰਗਾਂ ਸਾਰੇ ਫੁਰਨੇ ਸਾਰੇ ਸੰਕਲਪ ਤਿਆਗਣੇ ਪੈਂਦੇ ਨੇ ਰੱਬ ਨਾਲ ਕੋਈ ਵਪਾਰ ਨਹੀਂ ਕਰਨਾ ਵੀ ਮੈਂ ਆ ਕਰਾਂਗਾ ਤੂੰ ਆ ਦੇ ਨਹੀਂ ਸਾਰਾ ਕੁਝ ਛੱਡਣਾ ਪੈਂਦਾ ਹੈ ਗੁਰੂ ਅਮਰਦਾਸ ਮਹਾਰਾਜ ਨੇ ਵਚਨ ਕੀਤੇ ਭਗਤਾਂ ਕੀ ਚਾਲ ਨਿਰਾਲੀ ਉਹ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ ਚਾਲਾ ਨਰਾਲੀ ਭਗਤਾ ਹ ਕੇਰੀ ਬੇਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਲੱਭ ਦਾ ਅਰਥ ਕੀ ਹੈ ਚਸਕੇ ਜਦੋਂ ਵੀ ਇਹ ਦੋ ਸ਼ਬਦ ਆ ਜਾਣ ਲੱਭ ਤੇ ਲੋਭ ਪੜਨ ਵਾਸਤੇ ਵੇਖਣ ਵਾਸਤੇ ਕੋਈ ਨਹੀਂ ਪਰ ਅਰਥਾਂ ਵਿੱਚ ਬੜਾ ਫਰਕ ਹੈ ਲੱਭ ਦਾ ਅਰਥ ਹੁੰਦਾ ਚਸਕੇ ਇਹਦੇ ਵੱਖ-ਵੱਖ ਰੂਪ ਨੇ ਵੇਖਣ ਦਾ ਚਸਕਾ ਖਾਣ ਦਾ ਚਸਕਾ ਸੁਣਨ ਦਾ ਚਸਕਾ ਲਬ ਲੋਭ ਫਿਰ ਕਿਸੇ ਤਰ੍ਹਾਂ ਦਾ ਲੋਭ ਨਾ ਹੋਵੇ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਦੇ ਵੀ ਰੱਬ ਨੂੰ ਲਾਂਭਾ ਨਹੀਂ ਦੇਣਾ ਗਿਲੇ ਸ਼ਿਕਵੇ ਨਹੀਂ ਕਰਨੇ ਖੰਨੇਓ ਤਿੱਖੀ ਹੀ ਵਾਲੋ ਨਿੱਕੀ ਇਹਤ ਮਾਰਗ ਜਾਣਾ ਇਹ ਧਿਆਨ ਦਾ ਮਾਰਗ ਹੈ ਸ਼ਬਦ ਅਤੇ ਸੁਰਤ ਦਾ ਮਾਰਗ ਹੈ ਇਹ ਤਾਂ ਅੰਦਰਲੀ ਯਾਤਰਾ ਹੈ ਜਿਹਨੂੰ ਭਗਤੀ ਕਹਿੰਦੇ ਆ ਔਰ ਇਹਦੇ ਵਿੱਚ ਤਿੰਨ ਅੱਖਰ ਨੇ ਭੱਬਾ ਗੱਗਾ ਤੇ ਤੱਤਾ ਭੱਬੇ ਦਾ ਅਰਥ ਹੈ ਭਾਉ ਭਾਉ ਪ੍ਰੇਮ ਨੂੰ ਕਹਿੰਦੇ ਨੇ ਗੱਗੇ ਦਾ ਅਰਥ ਹੈ ਗਿਆਨ ਤੱਤੇ ਦਾ ਅਰਥ ਹੈ ਤਿਆਗ ਤਿਆਗ ਕਿਹੜੀਆਂ ਚੀਜ਼ਾਂ ਦਾ ਕਰਨਾ ਹੁਣੀ ਆਪ ਜੀ ਨੇ ਸੁਣਿਆ ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਇੱਕ ਬੇਨਤੀ ਹੋਰ ਕਰਾਂ ਸਾਰਮ ਦੀ ਦੁਨੀਆ ਵਿੱਚ ਰੱਬ ਨੂੰ ਮਿਲਣ ਦੇ ਚਾਰ ਸਾਧਨ ਸੀ ਕਿਉਂਕਿ ਇਹ ਗੱਲਾਂ ਜੀ ਢੁਕਦੀਆਂ ਨੇ ਭਗਤ ਜੀ ਦੇ ਜੀਵਨ ਤੇ ਕਰਮ ਗਿਆਨ ਯੋਗ ਤੇ ਭਗਤੀ ਬਹੁਤਿਆਂ ਲਾ ਕੇ ਸੁਣਿਓ ਕਰਮ ਕਰਮकांड ਬੜੇ ਹੁੰਦੇ ਸੀ ਜਿਨ੍ਹਾਂ ਦਾ ਜ਼ਿਕਰ ਬਾਣੀ ਵਿੱਚ ਵੀ ਹੈ ਅੰਨ ਨਾ ਖਾਇਆ ਸਾਦ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰ ਐਨਸ ਕਹਿ ਰ ਮੋਣ ਵਿਗੂਤਾ ਕਿਉਂ ਜਾਗਾ ਗੁਰਮੰਸੂਤਾ ਕਰਮकांड ਤੇ ਕਰਮ ਕਾਂਡਾ ਨੂੰ ਗੁਰਮਤ ਵਿੱਚ ਕੋਈ ਜਗ੍ਹਾ ਨਹੀਂ ਹਾਂ ਕਿਹੜੇ ਕਰਮ ਨੂੰ ਜੋਗ ਹੈ ਦੇਹ ਸੇਵਾ ਵਰ ਮੋਹ ਇਹ ਹੈ ਸੁਭ ਕਰਮਣ ਤੇ ਕਬ ਹੂਣਾ ਟਰੂ ਦੂਸਰਾ ਗਿਆਨ ਗਿਆਨ ਵੀ ਦੋ ਤਰ੍ਹਾਂ ਦਾ ਇੱਕ ਸ਼ਾਸਤਰੀ ਗਿਆਨ ਹੈ ਬਾਰੀ ਕਿਤਾਬਾਂ ਦਾ ਗਿਆਨ ਪੜ ਕੇ ਕੋਈ ਗਿਆਨ ਇਕੱਠਾ ਕਰ ਲੇ ਨੌਲੇਜ ਵਧਾ ਲੇ ਆਪਣੀ ਸਿਆਣਪ ਇਕੱਠੀ ਕਰ ਲੇ ਤੇ ਉਹਦੇ ਰਾਹੀਂ ਹੀ ਰੱਬ ਨੂੰ ਮਿਲਣਾ ਚਾਹੀਏ ਕੀ ਕਿਹਾ ਫਿਰ ਮਹਾਰਾਜ ਨੇ ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਉਹਨੂੰ ਵੀ ਪ੍ਰਵਾਨ ਨਹੀਂ ਕੀਤਾ ਕੇਵਲ ਸ਼ਾਸਤਰੀ ਗਿਆਨ ਨੂੰ ਹਾਂ ਇੱਥੇ ਸਹਜ ਗਿਆਨ ਦੀ ਗੱਲ ਹੈ ਜਿਵੇਂ ਭਗਦੇ ਜੀ ਕਹਿੰਦੇ ਨੇ ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ ਇਹ ਗਿਆਨ ਚੱਲਦਾ ਇੱਥੇ ਤੀਸਰਾ ਯੋਗ ਯੋਗ ਦੀਆਂ ਕਿਰਿਆਵਾਂ ਨੂੰ ਵੀ ਇੱਥੇ ਮਹਾਰਾਜ ਨੇ ਜਗ੍ਹਾ ਨਹੀਂ ਦਿੱਤੀ। ਯੋਗ ਸਿੱਧ ਆਸਣ 84 ਏਪੀ ਕਰ ਕਰ ਰਿਹਾ। ਗੁਰੂ ਅਰਜਨ ਮਹਾਰਾਜ। ਇਹਨਾਂ ਨੂੰ ਵੀ ਪਰਵਾਨਨਾ ਕੀਤਾ। ਚੌਥਾ ਹੈ ਫਿਰ ਭਗਤੀ ਤੇ ਭਗਤੀ ਵੀ ਪ੍ਰੇਮਾ ਭਗਤੀ। ਗੁਰੂ ਦੇ ਅੱਗੇ ਸਮਰਪਣ ਕਰ ਦੇਣਾ। ਗੁਰੂ ਦੇ ਅੱਗੇ ਡਿੱਗ ਜਾਣਾ। ਪਰ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਥੋੜਾ ਜੀ ਉਹਨਾਂ ਦੀ ਬਾਣੀ ਵੇਖੋ ਪਰ ਆਪਾਂ ਇਤਿਹਾਸ ਵੱਲ ਲਾਵਾਂਗੇ। ਭਗਤੀ ਦੀ ਸ਼ੁਰੂਆਤ ਕਿੱਥੋਂ ਐ? ਦਾਸ ਨੇ ਪਹਿਲਾਂ ਬੇਨਤੀ ਕੀਤੀ ਇਹ ਅੰਦਰ ਦੀ ਯਾਤਰਾ ਐ। ਅੰਦਰੋਂ ਸ਼ੁਰੂ ਹੋਣੀ ਐ। ਪਹਿਲਾ ਸਟੈਪ ਐ ਭਗਤੀ ਦਾ ਆਪਣੇ ਆਪ ਨੂੰ ਵੇਖਣਾ। ਮੈਂ ਕੀ ਹਾਂ? ਜਦੋਂ ਅੰਦਰ ਛਾਤੀ ਮਾਰਾਂਗੇ ਨਾ ਇਮਾਨਦਾਰੀ ਨਾਲ। ਫਿਰ ਬੜਾ ਕੁਝ ਐ ਜੀ ਅੰਦਰ ਤਾਂ। ਉਹ ਕੀ ਐ? ਕੂਪ ਭਰਿਓ ਜੈਸੇ ਦਾਦਰਾ। ਕਸ਼ ਦੇਸ ਵਿਦੇਸ ਨਾ ਬੂਜ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਸ਼ ਆਰਾ ਪਾਰ ਨਾ ਸੂਜ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਂਤੀ ਰਾਮ ਗਸੰਗਾ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਨਾਤ ਕਸ਼ੂ ਨਾ ਜਾਨੋ ਮਨ ਮਾਇਆ ਕੈ ਹਾਥ ਬਿਕਾਨੋ ਤੁਮ ਕਹੀਅਤ ਜਗਤ ਗੁਰਸਵਾਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰਜੀ ਤੇ ਅੰਤਰ ਭਾਰਿ ਇਹ ਸਾਰੀ ਬਾਣੀ ਰਬਦਾਸ ਭਗਤ ਦੀ ਹੈ ਜਦੋਂ ਉਹਨਾਂ ਨੇ ਅੰਦਰ ਝਾਤੀ ਮਾਰੀ ਤੇ ਰੱਬ ਅੱਗੇ ਬੇਦਨਾ ਕਰ ਦਿੱਤੀ ਰੱਬ ਜੀ ਮੈਂ ਤਾਂ ਇਸ ਤਰ੍ਹਾਂ ਦਾ ਮੈਂ ਤਾਂ ਇਸ ਤਰ੍ਹਾਂ ਦਾ ਹਮ ਸਰਦੀਨ ਦਇਆਲ ਨਾ ਤੁਮ ਸਰ ਅਭ ਪਤੀ ਯਾਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਵਿਛਰੇ ਇਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਫਿਰ ਇਸ ਤੋਂ ਅੱਗੇ ਜਦੋਂ ਅੰਦਰ ਝਾਤੀ ਮਾਰੀ ਵਿਕਾਰ ਦਿਸੇ ਔਗਣ ਦਿਸੇ ਫਿਰ ਦੂਸਰਾ ਸਟੈਪ ਹੈ ਹੰਕਾਰ ਬੰਦੇ ਦਾ ਖੜ ਜਾਂਦਾ ਹੈ। ਉਹਦੇ ਪ੍ਰਤੀਭਗਤ ਜੀ ਨੇ ਬਚਨ ਕੀਤੇ ਬੰਦਿਆ ਹਰ ਤਰ੍ਹਾਂ ਦਾ ਹੰਕਾਰ ਛੱਡ ਦੇ। ਰੱਬ ਨੂੰ ਪਾਉਂਦਾ ਨਹੀਂ ਹੈ। ਨਹੀਂ ਪਾਉਂਦਾ। ਕਾਦਾ ਹੰਕਾਰ ਕਰਦਾ ਤਣ ਦਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਪ੍ਰਾਣੀ ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਬੰਕ ਕਵਸੇਰਾ ਰੱਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਹਾਥ ਤੇਰੀ ਸੀਮਾ ਬੰਕੇ ਬਾਲ ਪਾਕ ਸਿਰ ਡੇਰੀ ਇਹੋ ਤਨ ਹੋਏਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨਵਾਜੀ ਹਾਰੀ ਜਬ ਹਮ ਹੋਤੇ ਤਬ ਤੂੰ ਨਹੀਂ ਆਵ ਤੂੰ ਹੀ ਮੈਂ ਨਹੀਂ ਅਨਲ ਆਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਇਹ ਬਚਣ ਨੇ ਉਹਨਾਂ ਦੇ ਇਹ ਵੀ ਛੱਡ ਦੇ ਫਿਰ ਅੱਗੇ ਆਉਂਦੀ ਹੈ ਮਾਇਆ ਮਾਇਆ ਦਾ ਵੀ ਤਿਆਗ ਕਰਨਾ ਗੁਰੂ ਅਰਜਨ ਮਹਾਰਾਜ ਨੇ ਪੰਜ ਭਗਤਾਂ ਦਾ ਜ਼ਿਕਰ ਕੀਤਾ ਬਾਣੀ ਵਿੱਚ ਇੱਕ ਸ਼ਬਦ ਵਿੱਚ ਪੰਜ ਭਗਤਾਂ ਦਾ ਜ਼ਿਕਰ ਹੈ ਜਦੋਂ ਰਬਦਾਸ ਭਗਤ ਦਾ ਜ਼ਿਕਰ ਆਇਆ ਉਹਨਾਂ ਨੇ ਰੱਬ ਨੂੰ ਪਾਇਆ ਕਿਵੇਂ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆਠ ਧਾਮ ਕੋਸ਼ੀਪਰੋ ਹੋਇਓ ਲਖੀਣਾ ਸੜਨਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੋਲਾ ਜੋ ਲਾਹਰੋ ਭਾਇਓ ਗੁਣੀ ਘਹੀਰਾ ਰਵਦਾਸ ਟਵੰਤਾ ਢੋਰ ਨੀਤ ਧਿਆਨ ਲਾ ਕੇ ਸੁਣੀਓ ਪੰਕਤੀਆਂ ਜਿਸ ਇਲਾਕੇ ਵਿੱਚ ਰਵਦਾਸ ਭਗਤ ਦਾ ਜਨਮ ਹੋਇਆ ਕਰਦੇ ਕੀ ਸੀ ਉਹ ਜਦੋਂ ਕਿਸੇ ਦੇ ਘਰ ਦੇ ਵਿੱਚ ਪਸ਼ੂ ਮਰ ਜਾਂਦਾ ਸੀ ਨਾ ਉਹ ਕਹਿੰਦੇ ਸੀ ਜਾਓ ਰਵਦਾਸ ਨੂੰ ਬੁਲਾ ਕੇ ਲਿਆਓ ਜਾ ਕੇ ਕੁੰਡਾ ਖੜਕਾਉਣਾ ਰਵਦਾਸ ਜੀ ਸਾਡੇ ਘਰ ਦੇ ਵਿੱਚ ਪਸ਼ੂ ਮਰ ਗਿਆ ਤੇ ਚੱਕ ਕੇ ਲੈ ਕੇ ਆਓ ਤੁਸੀਂ। ਇਹ ਕਿਰਤ ਸੀ ਉਹਨਾਂ ਦੀ, ਰਵਦਾਸ ਟਵੰਤਾ ਢੋਰ ਨੀਤ। ਮਰੇ ਹੋਏ ਪਸ਼ੂ ਢੋਣੇ। ਤੇ ਕਰਿਆ ਕੀ ਉਹਨਾਂ ਨੇ? ਤਿੰਨ ਤਿਆਗੀ ਮਾਇਆ। ਮਨ ਤੋਂ ਮਾਇਆ ਦੀ ਪਕੜ ਛੱਡ ਦਿੱਤੀ, ਤਣ ਤੋਂ ਨਹੀਂ। ਤਣ ਤੋਂ ਤਾਂ ਕੁਝ ਛੱਡੀ ਨਹੀਂ ਸਕਦਾ। ਮਨ ਦੀ ਗੱਲ ਐ। ਤਿੰਨ ਤਿਆਗੀ ਮਾਇਆ ਤੇ ਹੋਇਆ ਕੀ? ਪ੍ਰਗਟ ਹੋਆ ਸਾਧ ਸੰਗ। ਕੋਈ ਪੱਥਰ ਨਹੀਂ ਪੂਜੇ ਉਹਨਾਂ ਨੇ। ਕੁੱਤ ਸਵੀਰਾਂ ਨਹੀਂ ਪੂਜੀਆਂ ਅੱਜ ਉਹਨਾਂ ਦੇ ਨਾਮ ਤੇ ਬੜਾ ਕੁਝ ਚੱਲਦਾ ਹੈ ਨਹੀਂ ਗੁਰਬਾਣੀ ਵਿੱਚ ਉਹਨਾਂ ਦਾ ਜੀਵਨ ਵੇਖੋ ਭਗਤ ਜੀ ਨੇ ਕੀ ਕੀਤਾ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਤੇ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਮੁਤਲਕ ਕੀ ਕਿਹਾ ਰਵਿਦਾਸ ਚਮਾਰ ਉਸਤਤ ਕਰੇ ਧਿਆਨ ਦਿਓ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਊਤਮ ਭਇਆ ਚਾਰ ਵਰਨ ਪਏ ਪਗ ਆਏ ਭਾਈ ਗੁਰਦਾਸ ਨੇ ਕੀ ਕਿਹਾ ਭਗਤ ਭਗਤ ਜਗ ਵਜਿਆ ਚੋ ਚੱਕਾਂ ਵਿੱਚ ਚਮਰੇਟਾ ਭਗਤੀ ਕਰਕੇ ਰੱਬ ਨੂੰ ਪਾਇਆ ਫਿਰ ਅੱਗੇ ਗੱਲ ਆਉਂਦੀ ਹੈ ਪ੍ਰੇਮ ਦੀ ਜਦੋਂ ਕੋਈ ਆਪਣੇ ਆਪ ਗਣਾ ਨੂੰ ਦੇਖ ਗਿਆ ਦੂਸਰੇ ਸਟੈਪ ਤੇ ਹੰਕਾਰ ਤਿਆਗ ਗਿਆ ਮਾਇਆ ਦੀ ਪਕੜ ਛੱਡ ਗਿਆ ਫਿਰ ਪ੍ਰੇਮ ਪੈਦਾ ਹੁੰਦਾ ਹੈ ਤੇ ਉਹਨਾਂ ਦਾ ਪ੍ਰੇਮ ਕਿਹੋ ਜਿਹਾ ਮੀਨ ਪਕਰ ਫਾਂਕੇ ਉਹ আর ਕਾਂਟੇ ਉਹ ਰਾਧਕੀ ਉਹ ਬਹਵਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ ਰੱਬ ਦੇ ਪਿਆਰਿਆਂ ਦਾ ਰੱਬ ਨਾਲ ਜਿਹੜਾ ਪ੍ਰੇਮ ਹੈ ਨਾ ਕਿਹੋ ਜਿਹਾ ਜੀ ਜਿਵੇਂ ਮੱਛੀ ਪਾਣੀ ਨੂੰ ਕਰਦੀ ਹੈ ਜਿੰਨੀ ਦੇਰ ਤੱਕ ਪਾਣੀ ਦੇ ਵਿੱਚ ਹੈ ਜਿਉਂਦੀ ਹੈ ਪਾਣੀ ਤੋਂ ਵਖਰੀ ਕਰ ਦਿਓ ਮਰ ਜਾਂਦੀ ਹੈ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਤੇ ਜਦੋਂ ਫਿਰ ਪ੍ਰੇਮ ਦੀ ਦੁਨੀਆ ਵਿੱਚ ਚਲੇ ਗਏ ਉੱਥੇ ਜਿਹੜਾ ਅੰਤਰ ਭੇਦ ਸੀ ਉਹ ਖਤਮ ਹੋ ਗਿਆ ਉੱਥੇ ਜਾ ਕੇ ਫਿਰ ਭਗਤ ਜੀ ਨੇ ਕਹਿ ਦਿੱਤਾ ਕਿ ਰੱਬ ਜੀ ਹੁਣ ਤੇਰੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਹੈ ਮੈਂ ਤੇਰਾ ਪਰ ਹੁਣ ਕਿਰਪਾ ਕਰੀ ਤੂੰ ਮੈਨੂੰ ਕਦੇ ਭੁੱਲੀ ਨਾ ਰਾਮ ਗਸਈਆ ਜੀ ਕੇ ਜੀਵਨਾ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਮੋਹੇ ਨਾ ਬਿਸਾਰੋ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਮੋਹਨਾ ਵਸਰ ਮੈਂ ਜਾਣ ਤੇਰਾ ਮੈਂ ਜਾਣ ਤੇਰਾ ਮੋਹਨਾ ਮੈਂ ਜਾਣ ਤੇਰਾ ਮੈਂ ਜਾਣ ਜਪੋ ਜੀ ਮੋਹਨਾ ਹਾਂਜੀ 모ਹਿਨਾ ਬਿਸਾਰ ਮੈਂ ਜਾਣ ਤੇਰਾ ਮੈਂ ਜਾਣ ਤੇਰਾ 모ਹਿਨਾ ਬਿਸਾਰ ਮੈਂ ਜਾਣ ਤੇਰਾ ਮੈਂ ਜਾਣ ਤੇਰਾ 모ਹਿਨਾ ਜਾਣ ਤੇਰਾ ਮੈਂ ਜਾਣ ਤੇਰਾ 모ਹਿਨਾ ਬਿਸਾਰ ਮੈਂ ਜਾਣੇ ਤੇਰਾ ਮੈਂ ਜਨ ਜਦੋਂ ਇਸ ਤਰ੍ਹਾਂ ਦੀ ਵਸਤਾ ਵਿੱਚ ਭਗਤ ਜੀ ਪਹੁੰਚੇ ਨਾ ਚਾਰੇ ਪਾਸੇ ਉਹਨਾਂ ਦੀ ਵਡਿਆਈ ਫੈਲ ਗਈ ਉਸਤ ਹੋਣ ਲੱਗੀ ਕਿਉਂਕਿ ਰੱਬ ਦਾ ਸੁਭਾਅ ਹੈ ਉਹ ਕਦੇ ਵੀ ਕਿਸੇ ਦਾ ਉਧਾਰ ਨਹੀਂ ਜੇ ਰੱਖਦਾ ਜਦੋਂ ਕੋਈ ਉਹਦੀ ਵਡਿਆਈ ਕਰਦਾ ਹੈ ਉਹਦੇ ਏਜ ਵਿੱਚ ਉਹ ਸੰਸਾਰ ਤੋਂ ਉਹਦੀ ਵਡਿਆਈ ਕਰਾ ਦਿੰਦਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਚਿਤੌੜਗੜ੍ਹ ਦਾ ਰਾਜਾ ਰਾਜਾ ਸੰਗਾ ਉਹਦੀ ਰਾਣੀ ਸੀ ਝਾਲਾ ਬਾਈ ਉਹਨੇ ਵਡਿਆਈ ਸੁਣੀ ਭਗਤ ਜੀ ਦੀ ਵਡਿਆਈ ਸੁਣ ਕੇ ਉਹ ਭਗਤ ਜੀ ਨੂੰ ਆਪਣਾ ਗੁਰੂ ਧਾਰਨ ਕਰਦੀ ਐ ਰਾਣੀ ਝਾਲਾ ਬਾਈ ਸੰਗਤ ਕਰਦੀ ਹੈ ਤੇ ਉਹਨਾਂ ਨੂੰ ਬੇਨਤੀ ਕਰਕੇ ਜਾਂਦੀ ਹੈ ਕਿ ਤੁਸੀਂ ਸਾਡੇ ਮਹਿਲਾਂ ਦੇ ਵਿੱਚ ਆਉਣਾ ਹੈ ਤੇ ਉੱਥੇ ਚਰਨ ਪਾਉਣੇ ਨੇ ਪਰ ਜਿਹੜੇ ਜਾਤ ਪਾਤ ਵਿੱਚ ਫਸੇ ਹੋਏ ਉਹ ਪੰਡਤ ਲੋਕ ਸਨ ਉਹ ਪ੍ਰਹੋਤਵਾਦੀ ਸੋਚ ਦੇ ਧਾਰਨੀ ਸਨ ਉਹਨਾਂ ਨੇ ਰਾਜੇ ਨੂੰ ਜਾ ਕੇ ਕਹਿ ਦਿੱਤਾ ਕਿ ਰਵਦਾਸ ਨੂੰ ਤਾਂ ਕੋਈ ਅਧਿਕਾਰੀ ਨਹੀਂ ਉਹ ਰੱਬ ਦਾ ਨਾਮ ਲੈ ਸਕੇ ਰਬਦਾਸ ਨੂੰ ਕੋਈ ਅਧਿਕਾਰ ਨਹੀਂ ਉਹ ਰਾਜਿਆਂ ਤੋਂ ਰਾਣੀਆਂ ਤੋਂ ਆਪਣੀ ਪੂਜਾ ਕਰਾ ਸਕੇ ਇਹ ਸਾਡਾ ਅਧਿਕਾਰ ਹੈ ਸਾ ਤੋਂ ਖੋਇਆ ਜਾ ਰਿਹਾ ਹੈ ਤਾਂ ਰਾਜੇ ਨੇ ਫਿਰ ਇੱਕ ਸ਼ਰਤ ਰੱਖ ਦਿੱਤੀ ਕਹਿਣ ਲੱਗੇ ਠੀਕ ਹੈ ਇੱਕ ਸ਼ਰਤ ਹੈ ਫਿਰ ਤੁਸੀਂ ਵੀ ਆ ਜਾਓ ਤੇ ਭਗਤ ਜੀ ਵੀ ਆਊਗਾ ਸ਼ਰਤ ਰੱਖੀ ਜਾਵੇਗੀ ਜਿਹੜਾ ਉਹ ਤੇ ਖਰਾ ਉਤਰ ਗਿਆ ਤੇ ਉਹਨੂੰ ਉਹ ਸ਼ਰਤ ਮੰਨਣੀ ਪੈਣੀ ਹੈ ਕਹਿਣ ਲੱਗੇ ਜੀ ਕੀ ਹੈ ਕਹਿੰਦੇ ਆ ਸੋਨੇ ਦੀ ਪਾਲਕੀ ਹੈ ਜਿਹੜਾ ਜਿੱਤੂਗਾ ਉਹ ਇਹਦੇ ਵਿੱਚ ਬੈਠੂਗਾ ਜਿਹੜਾ ਹਾਰੂਗਾ ਉਹ ਆਪਣੇ ਮੋਢਿਆਂ ਤੇ ਚੁੱਕ ਕੇ ਸਾਰੇ ਨਗਰ ਦਾ ਢੇਡਾ ਲਾਊਗਾ ਕਹਿੰਦੇ ਜੀ ਮਨਜੂਰ ਹੈ ਕੀ ਕੀਤਾ ਉਹ ਪ੍ਰਹੋਤਵਾਦੀ ਸੋਚ ਦੇ مالک ਲੋਕਾਂ ਨੇ ਆਪਣੇ ਠਾਕੁਰ ਇੱਕ ਪਾਸੇ ਰੱਖ ਦਿੱਤੇ ਕਿੰਨੇ ਜੀ ਅਸੀਂ ਜੰਤਰਮੰਤਰ ਪੜਾਂਗੇ ਜੇ ਠਾਕੁਰ ਚੱਲ ਕੇ ਸਾਡੇ ਕੋਲ ਆ ਗਏ ਤਾਂ ਮੰਨ ਲੈਣਾ ਵੀ ਠਾਕੁਰਾਂ ਦੀ ਪੂਜਾ ਦਾ ਅਧਿਕਾਰ ਸਾਨੂੰ ਐ ਇਹ ਲੋਕਾਂ ਨੂੰ ਨਹੀਂ ਹੈ ਕਿੰਨੇ ਜੀ ਬੇ ਲੋਕਾਂ ਤਾਂ ਉਹ ਵਕਤ ਪੰਡਤ ਬੈਠੇ ਨੇ ਉਹਨਾਂ ਨੇ ਬੜੇ ਜੰਤਰਮੰਤਰ ਪੜੇ ਠਾਕੁਰਾਂ ਨੇ ਚੱਲ ਕੇ ਤਾਂ ਕੋਲ ਕੀ ਆਉਣਾ ਉਹਨਾਂ ਵਿੱਚ ਹਿਲਜੁਲ ਵੀ ਨਹੀਂ ਹੋਈ ਫਿਰ ਭਗਤ ਜੀ ਦਾ ਸਮਾ ਸੀ ਭਗਤ ਜੀ ਕਹਿੰਦੇ ਠਾਕੁਰ ਮੈਂ ਵੀ ਪੂਜਦਾ ਪਰ ਇਹ ਨਹੀਂ ਪੂਜਦਾ ਜਿਹੜੇ ਪੂਜਦੇ ਨੇ ਮੇਰਾ ਠਾਕੁਰ ਹੋਰ ਹੈ ਠਾਕੁਰ ਹਮਰਾ ਸਤਬੂਲੰਤਾ ਮੇਰਾ ਠਾਕੁਰ ਤਾਂ ਉਹ ਹੈ ਜਿਹੜਾ ਸਾਰਿਆਂ ਦਾ ਮਾਲਕ ਹੈ ਸਾਰਿਆਂ ਦੇ ਵਿੱਚ ਰਹਿਂਦਾ ਹੈ ਸਦਾ ਹੀ ਬੋਲਦਾ ਸਾਰਿਆਂ ਦੀ ਸੁਣਦਾ ਤਾਂ ਭਗਤ ਜੀ ਨੇ ਜਦੋਂ ਰੱਬ ਨੂੰ ਯਾਦ ਕੀਤਾ ਉਹ ਠਾਕੁਰ ਚੱਲ ਕੇ ਉਹਨਾਂ ਦੇ ਕੋਲ ਆਏ ਤਾਂ ਫਿਰ ਹੁਣ ਜਿਹੜੀ ਸ਼ਰਤ ਰੱਖੀ ਸੀ ਮੰਨਣੀ ਪੈਣੀ ਸੀ ਉਹ ਤਾਂ ਜਿਹੜੇ ਬ੍ਰਾਹਮਣ ਲੋਕ ਸੀ ਉਹਨਾਂ ਨੇ ਪਾਲਕੀ ਚੁੱਕੀ ਤੇ ਵਿੱਚ ਫਿਰ ਭਗਤ ਜੀ ਨੂੰ ਬਿਠਾ ਲਿਆ ਮੋਢਿਆਂ ਤੇ ਪਾਲਕੀ ਚੁੱਕ ਕੇ ਜਦੋਂ ਨਗਰ ਦਾ ਢੇਡਾ ਲਾ ਰਹੇ ਨੇ ਨਾ ਭਗਤ ਜੀ ਦੀ ਜੈ ਜੈਕਾਰ ਹੋ ਰਹੀ ਹੈ ਪਰ ਜਿਹੜਾ ਪਾਲਕੀ ਦੇ ਵਿੱਚ ਬੈਠਾ ਉਹ ਆਪਣੀ ਜੈ ਜੈਕਾਰ ਸੁਣ ਕੇ ਉਸਤਤ ਵਡਿਆਈ ਸੁਣ ਕੇ ਉਹ ਸਾਰਾ ਨਾਮ ਨਾ ਰੱਬ ਨੂੰ ਦੇ ਰਿਹਾ ਕਿਉਂਕਿ ਉਹ ਤਾਂ ਮਿਟ ਚੁਕਿਆ ਸੀ ਅੰਦਰ ਉਹ ਮਿਟ ਗਿਆ ਸੀ ਉਹ ਉਸ ਸਰੀਰਾਂ ਤੱਕ ਨਾਮਾਂ ਤੱਕ ਸੀਮਤ ਨਹੀਂ ਸਨ ਕੀ ਕਿਹਾ ਐਸੀ ਲਾਲ ਤੁਜਵੇਂ ਕੌਣ ਕਰੈ ਗਰੀਬ ਨਵਾਜ਼ ਗੁਸੈਣਾ ਮੇਰਾ ਮਾਥੇ ਛਤਰ ਧਰੈ ਜਾ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਧਰੈ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਐਸੀ ਲਾਲ ਤੁਝ ਬਿਨ ਕੌਣ ਕਰੈ ਐਸੀ ਲਾਲ ਤੁਝ ਬਿਨ ਕੌਣ ਕਰੈ ਐਸੀ ਲਾਲ ਤੁਝ ਬਿਨ ਜੀ ਐਸੀ ਲਾਲ ਤੁਝ ਵਿਨ ਕੌਣ ਕਰੈ ਐਸੀ ਲਾਲ ਤੁਝ ਵਿਨ ਕੌਣ ਕਰੈ ਐਸੀ ਲਾਲ ਤੇਉਜਿ ਬਿਨ ਤਾਰੀ ਵਡਿਆਈ ਰੱਬ ਨੂੰ ਦੇ ਦਿੱਤੀ ਮਹਾਰਾਜ ਮੇਰੀ ਨਹੀਂ ਇਹ ਤੇਰੀ ਐ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਫਿਰ ਬ੍ਰਹਮ ਭੋਜ ਦੀ ਗੱਲ ਆਈ ਉਹਨਾਂ ਨੇ ਫੇਰ ਜਵਾਬ ਦੇ ਦਿੱਤਾ ਕਹਿੰਨੇ ਜੀ ਆਸੀ ਤਾਂ ਤੇ ਬਰਾਬਰ ਬਹਿ ਕੇ ਬ੍ਰਹਮ ਭੋਜ ਕਰੀ ਨਹੀਂ ਸਕਦੇ ਭਗਤ ਜੀ ਕਹਿੰਦੇ ਮਨਜੂਰ ਹੈ ਵੀ ਮੈਂ ਇਧਰਲੇ ਕਮਰੇ ਵਿੱਚ ਬਹਿ ਜਾਣਾ ਇਹਨਾਂ ਤੋਂ ਵਾਕ ਹੋ ਕੇ ਇਹਨਾਂ ਨੂੰ ਤੁਸੀਂ ਉੱਚੀ ਜਗ੍ਹਾ ਤੇ ਬਿਠਾ ਕੇ ਸ਼ਿਕਾ ਦਿਓ ਤੇ ਜਦੋਂ ਛਕਣ ਲੱਗੇ ਨਾ ਉਹ ਸਾਰੇ ਇੱਕ ਦੂਜੇ ਵੱਲ ਵੇਖੀ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਪ੍ਰਤੀਤ ਹੁੰਦਾ ਵੀ ਰਵਦਾਸ ਸਾਡੇ ਬਰਾਬਰ ਹੀ ਬੈਠਾ ਰਵਦਾਸ ਸਾਡੇ ਬਰਾਬਰ ਬੈਠਾ ਉਹ ਅਕਾਲ ਪੁਰਖ ਪਰਮਾਤਮਾ ਕਦੇ ਵੀ ਆਪਣੇ ਭਗਤ ਦਾ ਤ੍ਰਿਸਕਾਰ ਨਰਾਦਰ ਝਾਲ ਨਹੀਂ ਸਕਦਾ ਉਹਦਾ ਸੁਭਾਅ ਹੈ ਕਿਹੜਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ ਉਹ ਆਪਣੇ ਭਗਤਾਂ ਦੇ ਵਸ ਵਿੱਚ ਹੈ ਦੇਖੋ ਵਾਹਿਗੁਰੂ ਜੀ ਨੇ ਸਾਰੀ ਦੁਨੀਆ ਨੂੰ ਆਪਣੇ ਵਸ ਵਿੱਚ ਰੱਖਿਆ ਹੈ ਆਪਣੇ ਹੱਥ ਵਿੱਚ ਰੱਖਿਆ ਪਰ ਆਪ ਕਿਨਾਂ ਦੇ ਵਸ ਵਿੱਚ ਹੈ ਆਪਣੇ ਭਗਤਾਂ ਦੇ ਨਾ ਤੂੰ ਆਵੇ ਵਸ ਬਹੁਤ ਕਨਾਵ ਨੇ ਨਾ ਤੂੰ ਆਵੇ ਵਸ ਬੇਦ ਪੜਾਵ ਨੇ ਨਾ ਤੂੰ ਆਵੇ ਵਸ ਤੀਰਥ ਨਾਈਐ ਨਾ ਤੂੰ ਆਵੇ ਵਸ ਧਰਤੀ ਧਾਈਐ ਨਾ ਤੂੰ ਆਵੇ ਵਸ ਕਿਤੇ ਸਿਆਣ ਪੈ ਨਾ ਤੂੰ ਆਵੇ ਵਸ ਬਹੁਤਾ ਦਾਣ ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਉਹ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਗੱਲ ਨੇੜੇ ਕਰਾਂ ਆਹ ਬੇਨਤੀ ਕਰਕੇ ਮੈਂ ਸਮਾਪਤੀ ਵੱਲ ਆਮਾ ਸਨ 1509 ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਨਾਰਸ ਕਾਂਸੀ ਦੀ ਧਰਤੀ ਤੇ ਪਹੁੰਚਦੇ ਨੇ ਪੰਡਤ ਚਤਰਦਾਸ ਨਾਲ ਮਹਾਰਾਜ ਦੀ ਚਰਚਾ ਹੋਈ ਸੀ ਚੰਗਾ ਵਿਦਵਾਨ ਸੀ ਜਦੋਂ ਹਾਰ ਗਿਆ ਟਹਿ ਗਿਆ ਮਹਾਰਾਜ ਪੁੱਛਦੇ ਨੇ ਕਹਿੰਦੇ ਚਾਤਰਦਾਸ ਜੀ ਇੱਥੇ ਕੋਈ ਰੱਬ ਦਾ ਪਿਆਰ ਆ ਕਹਿੰਦੇ ਜੀ ਹਾਂ ਦੋ ਨੇ ਇੱਕ ਕਬੀਰ ਸਾਹਿਬ ਇੱਕ ਰਬਦਾਸ ਸਾਹਿਬ ਤਾਂ ਪਹਿਲਾਂ ਭਗਤ ਕਬੀਰ ਸਾਹਿਬ ਨੂੰ ਗੁਰੂ ਨਾਨਕ ਮਹਾਰਾਜ ਮਿਲਦੇ ਨੇ ਤੁਹਾਨੂੰ ਕਦੇ ਸਮਾਂ ਮਿਲੇ ਇੱਕ ਬੁੱਕ ਹੈ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਗੁਰਦੇਵ ਸਿੰਘ ਦੀ ਲਿਖੀ ਹੋਈ ਹੈ ਉਹਦੇ ਵਿੱਚ ਸਾਰਾ ਇਹ ਵੇਰਵਾ ਜਾਂ ਗੁਰੂ ਅਰਜਨ ਮਹਾਰਾਜ ਦਾ ਭਤੀਜਾ ਕੌਣ ਮਿਹਰਮਾਨ ਉਹਦੀ ਜਨਮ ਸਾਖੀ ਦੇ ਵਿੱਚ ਵੀ ਇਹ ਬੇਰਵ ਹੈ ਤੁਸੀਂ ਪੜ ਸਕਦੇ ਹੋ ਉੱਥੇ ਉਹਨਾਂ ਨੇ ਮਿਲਣ ਕਰਾਇਆ ਗੁਰੂ ਨਾਨਕ ਮਹਾਰਾਜ ਦਾ ਕਿਉਂਕਿ ਭਗਤ ਰਵਦਾਸ ਸਾਹਿਬ ਦੀ ਜਿਹੜੀ ਸਰੀਰਕ ਉਮਰ ਸੀ ਉਹ ਲਗਭਗ 151 ਸਾਲ ਸੀ ਬੜੇ ਈ ਉਮਰ ਦੇ ਮਾਲਕ ਸੀ ਉਹ 1378 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ 1509 ਵਿੱਚ ਗੁਰੂ ਨਾਨਕ ਮਹਾਰਾਜ ਜਾ ਕੇ ਮਿਲੇ ਨੇ 7 ਦਿਨ 7 ਦਿਨ ਭਗਤ ਰਵਦਾਸ ਸਾਹਿਬ ਦੀ ਟੁੱਟੀ ਛੰਨ ਦੇ ਵਿੱਚ ਗੁਰਨਾਨਕ ਰਹੇ ਕੀ ਕੀਤਾ ਉਹਨਾਂ ਦੇ 40 ਸ਼ਬਦ 16 ਰਾਗਾਂ ਵਿੱਚ ਜਿਹੜੇ ਉਚਾਰਨ ਹੋਏ ਹੋਏ ਸੀ ਗੁਰੂ ਨਾਨਕ ਮਹਾਰਾਜ ਨੇ ਜੋ ਉਹਨਾਂ ਦੇ ਕੋਲ ਪੋਥੀ ਸੀ ਮਹਾਰਾਜ ਦੇ ਕੋਲ ਝੋਲਾ ਹੁੰਦਾ ਸੀ ਉਹ ਵਕਤ ਜਿਉਂ ਜੇ ਸਾਧਨ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਕਾਗਜ਼ ਰੱਖਣੇ ਸਿਆਹੀ ਰੱਖਣੀ ਕਲਮਾ ਰੱਖਣੀਆਂ ਤੇ ਮਹਾਰਾਜ ਨੇ ਉਹ ਸਾਰੇ 40 ਸ਼ਬਦ ਉਹਨਾਂ ਦਾ ਉਤਾਰਾ ਕੀਤਾ ਉਹ ਬਾਣੀ ਗੁਰੂ ਮਹਾਰਾਜ ਨੇ ਆਪਣੀ ਝੋਲੀ ਚ ਪਵਾਈ ਭਗਤ ਕਬੀਰ ਸਾਹਿਬ ਦੀ ਬਾਣੀ ਵੀ ਆਪਣੀ ਝੋਲੀ ਚ ਪਵਾਈ ਇੱਕ ਬੇਨਤੀ ਹੋਰ ਸਮਝਿਓ ਇੱਥੇ ਇਹ ਨਹੀਂ ਕਹਿਣਾ ਕਿ ਉਹ ਨੀਮੀ ਜਾਤ ਦੇ ਭਗਤ ਸੀ ਉਹਨਾਂ ਦੀ ਬਾਣੀ ਤਾਂ ਲਈ ਹੈ ਨਹੀਂ ਬਹੁਤ ਗਹਿਰਾ ਨੁਕਤੇ ਨੂੰ ਸਮਝ ਕੇ ਚੱਲਿਓ ਨਹੀਂ ਐਸੀ ਨਹੀਂ ਹੈ ਗੱਲ ਕਿਉਂਕਿ ਇੱਥੇ ਬ੍ਰਾਹਮਣ ਭਗਤਾਂ ਦੀ ਵੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਥੇ ਇੱਕ ਉਹ ਰਾਜਾ ਭਗਤ ਹੈ ਭਗਤ ਪੀਪਾ ਉਹਦੀ ਵੀ ਬਾਣੀ ਹੈ ਗੱਲ ਸੀ ਉਹਨਾਂ ਦੇ ਜੀਵਨ ਸਚਿਆਰ ਹੋ ਗਿਆ ਸੀ ਉਹ ਕਿਤੇ ਵੀ ਕੋਈ ਹੋ ਸਕਦਾ ਹੈ ਉਹ ਬ੍ਰਾਹਮਣ ਜਾਤੀ ਵਿੱਚ ਵੀ ਹੋ ਸਕਦਾ ਹੈ ਕਿਉਂਕਿ ਇੱਥੇ ਜਾਤਾਂ ਦਾ ਖੰਡਨ ਨਹੀਂ ਇੱਥੇ ਬੰਦੇ ਦੀ ਨੀਅਤ ਦੀ ਗੱਲ ਹੈ ਉਹ ਚਾਹੇ ਬ੍ਰਾਹਮਣ ਜਾਤੀ ਵਿੱਚ ਹੋਵੇ ਚਾਹੇ ਕੋ ਉਹ ਆਪਣੇ ਆਪ ਨੂੰ ਸਿੱਖ ਘਾਉਣ ਵਾਲਾ ਹੋਵੇ ਚਾਹੇ ਕੋਈ ਮੁਸਲਮਾਨ ਘਾਉਣ ਵਾਲਾ ਹੋਵੇ ਗੱਲ ਤਾਂ ਕਸੌਟੀ ਸਚਿਆਰਤਾ ਦੀ ਹੈ ਵੀ ਕੇਵਲ ਸਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੇ ਪਾਲ ਉਹ ਸਚਿਆਰਤਾ ਉਹਨਾਂ ਨੇ ਬਾਬਾ ਫਰੀਦ ਸਾਹਿਬ ਵਿੱਚ ਵੇਖੀ ਉਹਨਾਂ ਦੀ ਬਾਣੀ ਲੈ ਲਈ ਕਬੀਰ ਸਾਹਿਬ ਵਿੱਚ ਵੇਖੀ ਉੱਥੋਂ ਬਾਣੀ ਲੈ ਲਈ ਰਵਦਾਸ ਸਾਹਿਬ ਦੇ ਕੋਲ ਵੇਖੀ ਉੱਥੋਂ ਬਾਣੀ ਲੈ ਲਈ ਬਲਕਿ ਉਹ ਭਗਤ ਵੀ ਆਏ ਕਾਨਾ ਪੀਲੂ ਛੱਜੂ ਸਾਹ ਹਸੈਣ ਲਾਹੌਰ ਦੇ ਵਾਸੀ ਜਿਹੜੇ ਕਹਿੰਦੇ ਸੀ ਸਾਡੀ ਬਾਣੀ ਲਿਖੋ ਉਹ ਤਾਂ ਚੱਲ ਕੇ ਆਏ ਸੀ ਮਹਾਰਾਜ ਨੇ ਬਾਣੀ ਲਿਖੀ ਨਹੀਂ ਸੀ ਕਿਉਂਕਿ ਗੁਰਮਤਿ ਦੀ ਕਸੌਟੀ ਤੇ ਖਰੀ ਨਹੀਂ ਸੀ ਉਤਰਦੀ ਤਿੰਨ ਤਰ੍ਹਾਂ ਦੇ ਭਗਤ ਨੇ ਇੱਕ ਭਗਤ ਤਾਂ ਉਹਨੇ 15 ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਦੂਜੇ ਉਹ ਨੇ ਜਿਨ੍ਹਾਂ ਦੀ ਬਾਣੀ ਦਰਜ ਨਹੀਂ ਪਰ ਉਹਨਾਂ ਦੇ ਨਾਮ ਦਰਜ ਨੇ ਜਿਵੇਂ ਕਿ RAM JAPO JI ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਤੀਜੇ ਉਹ ਨੇ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਹੋਰਾਂ ਭਗਤਾਂ ਦਾ ਹਵਾਲਾ ਦਿੱਤਾ ਜਿਵੇਂ ਹੁਣ ਇਹ ਜਿਹੜਾ ਸ਼ਬਦ ਹੈ ਨਾ ਹਰ ਸੋ ਹੀਰਾ ਛਾੜਕ ਹੈ ਕੀਦਾ ਹੈ ਕਬੀਰ ਸਾਹਿਬ ਦਾ ਰਬਦਾਸ ਸਾਹਿਬ ਦਾ ਨਹੀਂ ਹੈ ਇਹ ਉਹਨਾਂ ਦੇ ਸ਼ਲੋਕਾਂ ਵਿੱਚ ਹੈ ਇਹ ਹਾਰਸੋ ਹੀਰਾ ਛਾੜਕੈ ਕਰਹਿ ਆਣ ਕੀ ਆਸ ਤੇ ਨਰ ਦੋਜਕ ਜਾਹੇਗੇ ਸੱਤ ਭਖ ਹੈ ਰਬਦਾਸ ਕਬੀਰ ਸਾਹਿਬ ਨੇ ਨਾਮਦੇਵ ਦੀ ਗੱਲ ਵੀ ਕੀਤੀ ਤਰਲੋਚਨ ਦੀ ਗੱਲ ਵੀ ਕੀਤੀ ਤੇ ਭਗਤ ਰਬਦਾਸ ਸਾਹਿਬ ਨੇ ਪੰਜ ਭਗਤਾਂ ਦਾ ਜ਼ਿਕਰ ਦਿੱਤਾ ਪੰਜ ਭਗਤਾਂ ਦਾ ਜ਼ਿਕਰ ਕੀਤਾ ਹੁਣ ਸਮਾਂ ਨਹੀਂ ਆਪਾਂ ਇਹਨੂੰ ਖੋਲ ਸਕੀਏ ਰੋ ਵਿਚਾਰ ਗੁਰੂ ਨਾਨਕ ਮਹਾਰਾਜ ਨੇ ਉਹ ਬਾਣੀ ਆਪਣੇ ਕੋਲ ਲੈ ਲਈ ਫਿਰ ਅੱਗੇ ਤੋਂ ਅੱਗੇ ਉਹ ਬਾਣੀ ਚੱਲਦੀ ਰਹੀ ਸਮਾਂ ਆ ਗਿਆ ਧੰਨ ਸਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਦਾ ਭਾਈ ਗੁਰਦਾਸ ਨੂੰ ਲਖਾਰੀ ਲਾ ਲਿਆ ਰਾਮਸਰ ਸਰੋਵਰ ਦਾ ਕੰਡਾ ਜਦੋਂ ਗੁਰੂ ਸਹਿਬਾਨਾਂ ਦੀ ਬਾਣੀ ਆਈ ਇੱਕ ਸੌਟੀ ਇੱਕ ਸੀ ਵੀ ਨਾਨਕ ਪਦ ਅਖੀਰਲੀ ਤੁਕ ਤੇ ਨਾਨਕ ਪਦ ਆਇਆ ਪਰ ਜਦੋਂ ਭਗਤਾਂ ਦੀ ਬਾਣੀ ਆਈ ਤਾਂ ਗੁਰੂ ਅਰਜਨ ਮਹਾਰਾਜ ਨੇ ਭਾਈ ਗੁਰਦਾਸ ਨੂੰ ਵਿਸ਼ੇਸ਼ ਹਦਾਇਤ ਦਿੱਤੀ ਸੀ ਕਿ ਜਦੋਂ ਭਗਤਾਂ ਦੀ ਬਾਣੀ ਲਿਖਣੀ ਹੈ ਤਾਂ ਉਹਨਾਂ ਦੇ ਨਾਮ ਦੇ ਨਾਲ ਜੀ ਸ਼ਬਦ ਜ਼ਰੂਰ ਲਗਣਾ ਹੈ ਬਾਣੀ ਭਗਤ ਕਬੀਰ ਜੀ ਕੀ ਬਾਣੀ ਭਗਤ ਨਾਮਦੇਵ ਜੀ ਕੀ ਬਾਣੀ ਭਗਤ ਰਵੇਦਾਸ ਜੀ ਕੀ ਕਿਉਂਕਿ ਅਤਿ ਦਰਜੇ ਦਾ ਮਹਾਰਾਜ ਨੇ ਸਤਕਾਰ ਦਿੱਤਾ ਇੱਕ ਬੇਨਤੀ ਹੋਰ ਅੱਜ ਤਾਂ ਝਾਲੜੇ ਪੈ ਗਏ ਰਤਬਿਆਂ ਦੇ ਉਨੇ ਵੀ ਝਗੜਾ ਹੈ ਕਿ ਭਗਤ ਜੀ ਨੂੰ ਸਤਗੁਰੂ ਕਹੀਏ ਜਾਂ ਭਗਤ ਕਹੀਏ ਝਗੜਾ ਹੈ ਜੀ ਇਹ ਹੁਣ ਪੈ ਗਿਆ ਇਹ ਇਹ ਪਾਇਆ ਚਲਾਕ ਲੋਕਾਂ ਨੇ ਵੀ ਭਗਤ ਰਬਦਾਸ ਸਾਹਿਬ ਨੂੰ ਭਗਤ ਕਹਿ ਕੇ ਯਾਦ ਕਰੀਏ ਗੁਰੂ ਕਹਿ ਕੇ ਯਾਦ ਕਰੀਏ ਜਾਂ ਸਤਗੁਰੂ ਕਹਿ ਕੇ ਯਾਦ ਕਰੀਏ ਜਦੋਂ ਤੁਸੀਂ ਸਵਈਏ ਪੜੋਗੇ ਨਾ 143 ਸਵਈਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 20 ਸਵਈਏ ਪਹਿਲਾਂ ਗੁਰੂ ਅਰਜਨ ਮਹਾਰਾਜ ਦੇ ਨੇ 123 ਸਵਈਏ ਪੱਟਾਂ ਦੇ ਨੇ ਗੁਰੂ ਅਰਜਨ ਮਹਾਰਾਜ ਨੇ ਗੁਰੂ ਨਾਨਕ ਮਹਾਰਾਜ ਨੂੰ ਭਗਤ ਕਿਹਾ ਜਨ ਨਾਨਕ ਭਗਤ ਦਰ ਤੋਲ ਬ੍ਰਹਮ ਸੰਸਾਰ ਏਕ ਜੀ ਕਿਆਵਖਾਨੇ ਹਾਂ ਕੇ ਬਾਲ 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 ਸਦਵਲਿਹਾਰ ਤੇ ਪੱਟਾ ਨੇ ਗੁਰੂ ਅਰਜਨ ਮਹਾਰਾਜ ਨੂੰ ਭਗਤ ਕਿਹਾ ਸੋਢੀ ਸ੍ਰਿਸ਼ਟ ਗੁਰਰਾਮਦਾਸ ਤਨ ਤਨ ਦਾ ਇੱਥੇ ਅਰਥ ਪੁੱਤਰ ਹੈ ਸਰੀਰ ਨਹੀਂ ਹੈ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਧਰਮ ਧੁਜਾ ਅਰਜੁਨ ਹਰਪਗਤਾ ਭਗਤ ਗੁਰੂ ਨਾਨਕ ਮਹਾਰਾਜ ਨੂੰ ਵੀ ਕਿਹਾ ਬਾਣੀ ਵਿੱਚ ਭਗਤ ਗੁਰੂ ਅਰਜਨ ਮਹਾਰਾਜ ਨੂੰ ਵੀ ਬਾਣੀ ਵਿੱਚ ਕਿਹਾ ਹੁਣ ਇੱਥੇ ਇਹ ਸਵਾਲ ਹੈ ਕਿ ਭਗਤ ਜੀ ਨੂੰ ਜਦੋਂ ਵੀ ਬਾਣੀ ਵਿੱਚ ਉਹਨਾਂ ਦਾ ਜ਼ਿਕਰ ਆਇਆ ਤਾਂ ਉਹਨਾਂ ਦੇ ਨਾਮ ਅੱਗੇ ਭਗਤ ਆਇਆ ਭਗਤ ਗੁਰੂ ਨਹੀਂ ਆਇਆ ਕਿਉਂ ਨਹੀਂ ਆਇਆ ਕਿਉਂਕਿ ਭਗਤੀ ਲਹਿਰ ਜਦੋਂ ਚੱਲ ਰਹੀ ਸੀ ਉਦੋਂ ਦੋ ਸ਼ਬਦ ਹੁੰਦੇ ਸੀ ਭਗਤ ਜਾਂ ਸਵਾਮੀ ਭਗਤ ਜਾਂ ਸਵਾਮੀ ਜਿਹੜਾ ਗੁਰੂ ਸ਼ਬਦ ਜੁੜਿਆ ਇਹ ਗੁਰੂ ਨਾਨਕ ਮਹਾਰਾਜ ਤੋਂ ਜੁੜਿਆ ਹੈ ਵਿਸ਼ੇਸ਼ ਕਰਕੇ ਹਾਂ ਵਰਤਿਆ ਜਾਂਦਾ ਸੀ ਇਹ ਨਹੀਂ ਉਹ ਰਵਦਾਸ ਭਗਤ ਦੀ ਬਾਣੀ ਵਿੱਚ ਵੀ ਗੁਰੂ ਸ਼ਬਦ ਆਇਆ ਹੈ ਵਰਤੇ ਹੈ ਕਬੀਰ ਸਾਹਿਬ ਨੇ ਵੀ ਗੁਰੂ ਸ਼ਬਦ ਵਰਤੇ ਹੈ ਸਤਗੁਰੂ ਸ਼ਬਦ ਵਰਤੇ ਹੈ ਪਰ ਉਦੋਂ ਜਿਹੜੇ ਸ਼ਬਦ ਸੀ ਭਗਤ ਸਵਾਮੀ ਅਰ ਜਿਹੜਾ ਪੱਕੇ ਰੂਪ ਵਿੱਚ ਇਹ ਸ਼ਬਦ ਆਇਆ ਉਹ ਗੁਰੂ ਨਾਨਕ ਮਹਾਰਾਜ ਤੋਂ ਆਇਆ ਤੇ ਸਿੱਖ ਨੇ ਫਿਰ ਉਹੀ ਸ਼ਬਦ ਪੜ੍ਹਨਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਸਾਡੀ ਤਾਂ ਗੱਲੀ ਛੱਡ ਦੋ ਪੰਜ ਪਿਆਰਿਆਂ ਨੂੰ ਵੀ ਅਧਿਕਾਰ ਨਹੀਂ ਪੰਜ ਪਿਆਰਿਆਂ ਨੂੰ ਕਿਉ ਗੁਰਬਾਣੀ ਦੀ ਇੱਕ ਤੁਕ ਦੀ ਗੱਲ ਦੂਰ ਇੱਕ ਅੱਖਰ ਵੀ ਬਦਲ ਸਕਣ ਪੰਜ ਪਿਆਰੇ ਕੌਮੀ ਫੈਸਲਾ ਲੈ ਸਕਦੇ ਨੇ ਅਧਿਕਾਰ ਹੈ ਉਹਨਾਂ ਨੂੰ ਕੋਈ ਕੌਮੀ ਫੈਸਲਾ ਲੈਣਾ ਹੋਵੇ ਲੈ ਸਕਦੇ ਨੇ ਉਹ ਸ੍ਰੀ ਅਕਾਲ ਤਖਤ ਸਭ ਤੇ ਇਕੱਠੇ ਹੋਣ ਗੁਰੂ ਗ੍ਰੰਥ ਸਾਹਿਬਹਾਰਾ ਦੀ ਹਜ਼ੂਰੀ ਵਿੱਚ ਕੌਮੀ ਫੈਸਲਾ ਹੋ ਸਕਦਾ ਔਰ ਹੋਏ ਵੀ ਨਹੀਂ ਪਹਿਲਾਂ ਪਰ ਉਹਨਾਂ ਨੂੰ ਅਧਿਕਾਰ ਨਹੀਂ ਉਹ ਇੱਕ ਅੱਖਰ ਵੀ ਗੁਰੂ ਗ੍ਰੰਥ ਸਾਹਿਬ ਦਾ ਇੱਧਰ ਉੱਧਰ ਕਰ ਸਕਣ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਅਸੀਂ ਉਹੀ ਪੜਨਾ ਤੇ ਗੁਰੂ ਅਰਜਨ ਮਹਾਰਾਜ ਤੋਂ ਵੱਡਾ ਰਤਵਾ ਭਗਤ ਰਵਦਾਸ ਸਾਹਿਬ ਨੂੰ ਕੌਣ ਦੇ ਸਕਦਾ ਹੈ ਜਿਨਾਂ ਨੇ ਆਪਣੇ ਬਰਾਬਰ ਥਾਂ ਦਿੱਤੀ ਭਗਤ ਕਬੀਰ ਸਾਹਿਬ ਦੀ ਬਾਣੀ ਵੀ ਬਹੁਤ ਉਹਨਾਂ ਦੇ ਨਾਮ ਤੇ ਪ੍ਰਚਲਿਤ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਭਗਤ ਰਬਦਾਸ ਸਾਹਿਬ ਦੇ 40 ਸ਼ਬਦਾਂ ਤੋਂ ਹੋਰ ਉਹਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਰ ਜੇ ਸ਼ੁੱਧ ਸਰੂਪ ਬਾਣੀ ਦਾ ਹੈ ਤਾਂ ਉਹ 40 ਸ਼ਬਦਾਂ ਦਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਕਬੀਰ ਸਾਹਿਬ ਦੀ ਉਹੀ ਬਾਣੀ ਨੂੰ ਸ਼ੁੱਧਤਾ ਮਿਲੀ ਹੋਈ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤਾਂ ਇਹ ਬਾਣੀ ਨੂੰ ਗੁਰੂ ਅਰਜਨ ਮਹਾਰਾਜ ਨੇ ਗੁਰੂ ਦਾ ਦਰਜਾ ਦੇ ਦਿੱਤਾ ਭਗਤ ਰਵਦਾਸ ਸਾਹਿਬ ਦੀ ਬਾਣੀ ਨੂੰ ਗੁਰੂ ਦਾ ਦਰਜਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਮਿਸਤਾਰੇ ਅਰ 1926 ਦੇ ਵਿੱਚ ਵੀ ਇੱਕ ਲਹਿਰ ਚੱਲੀ ਸੀ ਤੇਜਾ ਸਿੰਘ ਪਸੌੜੀਆ ਪਸੌੜ ਨਗਰ ਦੇ ਰਹਿਣ ਵਾਲਾ ਸੀ ਇਹ ਇਨੇ ਕੁਝ ਇਸ ਤਰ੍ਹਾਂ ਦੀਆਂ ਉਟੰਕਾਂ ਕੀਤੀਆਂ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਉਹ ਕਹਿੰਦਾ ਸੀ ਕਹਿੰਦਾ ਭਗਤਾਂ ਦੀ ਬਾਣੀ ਮਾਫ ਕਰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੱਖਰੀ ਕਰੋ ਉਹਨੇ ਗੱਲ ਕਹੀ ਸੀ ਪੱਟਾਂ ਦੀ ਬਾਣੀ ਵੱਖਰੀ ਕਰ ਦੋ ਸਿੱਖਾਂ ਦੀ ਬਾਣੀ ਵੱਖਰੀ ਕਰ ਦੋ ਰਾਗਮਾਲਾ ਕੱਢ ਦਿਓ ਉਹ ਕਹਿੰਦਾ ਸੀ ਇਹ ਬੀੜ ਅਧੂਰੀ ਹੈ ਫੇਰ ਉਹਨੇ ਹਜੂਰੀ ਬੀੜ ਦੀ ਵਾਰਤਾ ਚਲਾਈ 1927 ਵਿੱਚ ਉਹਨੇ ਇੱਕ ਗੁਰਮੁਖੀ ਕੋਰਸ ਸ਼ੁਰੂ ਕੀਤਾ ਸੀ ਤੇਜਾ ਸਿੰਘ ਪਸੌੜੀਏ ਨੇ ਪੰਜ ਭਾਗ ਸੀ ਉਹਦੇ ਪੰਜ ਭਾਗ ਗੁਰੂ ਸਾਹਿਬਾਨਾਂ ਦੀ ਬਾਣੀ ਵੱਖਰੀ ਭਗਤ ਬਾਣੀ ਵੱਖਰੀ ਪਟ ਬਾਣੀ ਵੱਖਰੀ ਸਿੱਖਾਂ ਦੀ ਬਾਣੀ ਵੱਖਰੀ ਔਰ ਉਹ ਵਕਤ ਦੇ ਜਿਹੜੇ ਵਿਦਵਾਨ ਸੀ ਸਾਡੇ ਕੌਮੀ ਵਿਦਵਾਨ ਭਾਈ ਜੋਧ ਸਿੰਘ ਜੀ ਗਿਆਨੀ ਅਮੀਰ ਸਿੰਘ ਜੀ ਜਿਨ੍ਹਾਂ ਦਾ ਟੀਕਾ ਮਿਲਦਾ ਗਲੀ ਸਤੋਵਾਲੀਆ ਦਾ ਗਿਆਨੀ ਬੁੱਧ ਸਿੰਘ ਜੀ ਪ੍ਰਿੰਸੀਪਲ ਗੰਗਾ ਸਿੰਘ ਜੀ ਗਿਆਨੀ ਨਾਰ ਸਿੰਘ ਜੀ ਗੁਜਰਵਾਲ ਇਹ ਉਹ ਵਕਤ ਦੇ ਕੌਮੀ ਵਿਦਵਾਨ ਸੀ ਇਹਨਾਂ ਨੇ ਨੂੰ ਬੜਾ ਸਮਝਾਇਆ ਵੀ ਜਿਹੜਾ ਤੂੰ ਇਹ ਬਹੁਤ ਵੱਡਾ ਗਲਤ ਕੰਮ ਕਰਨ ਲੱਗੇ ਐ ਇਹ ਤੋਂ ਬਾਅਦ ਆ ਜਾ ਇਹ ਆਵਾਜ਼ ਨਹੀਂ ਆਇਆ ਪ੍ਰਿੰਸੀਪਲ ਗੰਗਾ ਸਿੰਘ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ ਉਹਨਾਂ ਦਾ ਦਸਹਿਰਾ ਸੀ ਉਹਨਾਂ ਦੇ ਦਸਹਿਰੇ ਤੇ ਹੋ ਕੇ ਬਕਾਇਦਾ ਇਹਦੇ ਨਗਰ ਗਿਆ ਇਹਨੂੰ ਮਿਲਣ ਵਾਸਤੇ ਤੇਜਾ ਸਿੰਘ ਪਸੌੜੀਏ ਨੂੰ ਜਿਹਨੇ ਭਗਤ ਬਾਣੀ ਦੇ ਉੱਪਰ ਉਂਗਲੀ ਖੜੀ ਕੀਤੀ ਸੀ ਜਿਹੜਾ ਕਹਿੰਦਾ ਸੀ ਕੱਢੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਹ ਐਤੋਂ ਤੱਕ ਕਹਿ ਦਿੱਤਾ ਸੀ ਕਹਿੰਦਾ ਹੁਣ ਮੈਂ ਇੱਕ ਨਵਾਂ ਸਰੂਪ ਤਿਆਰ ਕਰੂੰਗਾ ਤੇਜਾ ਸਿੰਘ ਪਸੌੜੀਏ ਨੇ ਅਖੀਰ 9 8 ਅਗਸਤ 1928 8 ਅਗਸਤ 1928 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇਜਾ ਸਿੰਘ ਪਸਹਾੜੀਆ ਤੇ ਉਹਦੇ ਘਰਵਾਲੀ ਬੀਬੀ ਨਰੰજન ਕੌਰ ਉਹਨੂੰ ਸਿੱਖ ਪੰਥ ਵਿੱਚੋਂ ਖਾਰਜ ਕੀਤਾ ਗਿਆ ਸੀ। ਸ਼ੇਕ ਦਿੱਤਾ ਗਿਆ ਸੀ। ਔਰ ਹੁਕਮ ਹੋਇਆ ਸੀ ਜੋ ਵੀ ਇਹਨਾਂ ਦੀਆਂ ਲਿਖਤਾਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਈਆਂ ਜਾਣ। ਇੱਥੇ ਤੱਕ ਨਸੀਬ ਆਪੀ ਰੁਕਿਆ। ਜੇ ਉਹ ਇਲਾਕੇ ਦਾ ਤੁਹਾਡੇ ਵਿੱਚ ਕੋਈ ਬੈਠਾ ਹੋਵੇ ਮੇਰਾ ਇਲਾਕਾ ਉਹੀ ਹੈ। ਮਲੇਰ ਕੋਟ ਨੇ ਦੇ ਕੋਲ ਇੱਕ ਨਗਰ ਹੈ ਜੀ ਕੁਠਾਲਾ ਉਦਾਸੀਆਂ ਦਾ ਡੇਰਾ ਹੈ ਨਗਰ ਤੋਂ ਬਾਹਰ ਜਿਹੜਾ ਵੱਡਾ ਕੱਲੂ ਘਾਰਾ ਹੋਇਆ ਕੁੱਪਰ ਹੀੜੇ ਦੀ ਧਰਤੀ ਤੇ ਹੋਇਆ ਹੈ 1762 ਵਿੱਚ ਉਹ ਵਕਤ ਇਹ ਜਿਹੜਾ ਸਰੂਪ ਸੀ ਪ੍ਰਾਤਨ ਸਰੂਪ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਕਠਾਲੇ ਨਗਰ ਦੇ ਵਿੱਚ ਸੀ ਉੱਥੇ ਆਇਆ ਸੀ ਤਾਂ ਮਲੇਰ ਕੋਟ ਦੀਆਂ ਰਿਆਸਤ ਤੋਂ ਪਟਿਆਲਾ ਰਿਆਸਤ ਦੇ ਰਾਜੇ ਨੇ ਮੰਗਿਆ ਸੀ ਸਰੂਪ ਪਰ ਉਹ ਸਰੂਪ ਦਿੱਤਾ ਨਹੀਂ ਸੀ ਉਹ ਪ੍ਰਾਤਨ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਤੇਜਾ ਸਿੰਘ ਪਸੌੜੀਆ ਚਲਾ ਗਿਆ ਉੱਥੇ ਜਾ ਕੇ ਕਹਿੰਦਾ ਵੀ ਮੈਂ ਇਹ ਸਰੂਪ ਦੇ ਦਰਸ਼ਨ ਕਰਨੇ ਆ ਹੁਣ ਉਹ ਭੋਲੇ ਭਾਲੇ ਲੋਕ ਉਹਨਾਂ ਨੂੰ ਕੀ ਪਤਾ ਸੀ ਇਹਦੀ ਚਲਾਕੀ ਦਾ ਆਪਣੀ ਜੇਬ ਦੇ ਵਿੱਚ ਇੱਕ ਬਲੇਡ ਪਾ ਕੇ ਲੈ ਗਿਆ ਤੇਜਾ ਸਿੰਘ ਪਸੌੜੀਆ ਕੀਤਾ ਕਿ ਉਹ ਪਾਵਨ ਸਰੂਪ ਦੇ ਜਿਹੜੇ ਰਾਗਮਾਲਾ ਵਾਲੇ ਅੰਗ ਸੀ ਨਾ ਪਿਛਲੇ ਬਲੇਡ ਨਾਲ ਉਹ ਕੱਟ ਲੇ ਬਾਹਰ ਆ ਕੇ ਰੌੜਾ ਪਾਤਾ ਕਹਿੰਦਾ ਜਿਹੜਾ 쿠ਠਾਲੇ ਨਗਰ ਦੇ ਸਰੂਪ ਪਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ ਵਿੱਚ ਰਾਗ ਮਾਲਾ ਨਹੀਂ ਹੈ ਪਰ ਚੋਰ ਜਦੋਂ ਵੀ ਚੋਰੀ ਕਰਦਾ ਨਾ ਪੈੜ ਜਰੂਰ ਛੱਡ ਕੇ ਜਾਂਦਾ ਜਿਹੜਾ ਇੰਡੈਕਸ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰ ਉਹਦੇ ਵਿੱਚ ਰਾਗ ਮਾਲਾ ਲਿਖੀ ਹੋਈ ਹੈ ਪਿੱਛੋਂ ਬਲੇਨ ਨਾਲ ਕੱਟ ਕੇ ਲੈ ਗਿਆ ਸੀ ਔਰ ਉਸ ਰੂਪ ਤੇ ਕਿਤਾਬਾਂ ਲਿਖੀਆਂ ਗਈਆਂ ਨੇ 쿠ਠਾਲੇ ਵਾਲੇ ਸਰੂਪ ਤੇ ਮੇਰੇ ਕਹਿਣ ਦਾ ਭਾਵ ਇੱਥੋਂ ਤੱਕ ਗਿਰ ਗਿਆ ਸੀ ਇਹ ਬੰਦਾ ਕਿ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਵਾਸਤੇ ਇਹਨੇ ਬਲੇਡ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਵੀ ਕੱਟ ਲਈ ਸੀ। ਔਰ ਜਦੋਂ ਇਹ ਬੰਦਾ ਮਰਿਆ ਸੀ ਕੀੜੇ ਪੈ ਕੇ ਮਰਿਆ ਸੀ। ਤੇਜਾ ਸਿੰਘ ਪਸੌੜੀਆ ਯਾਦ ਕਰਿਆ ਕਰੋ ਅੱਜ ਭਗਤਾਂ ਦੇ ਆਪਾਂ ਦਿਨ ਮਨਾ ਰਹੇ ਆਂ ਜਿਹੜੇ ਲੋਕਾਂ ਨੇ ਭਗਤਾਂ ਦੀ ਬਾਣੀ ਤੇ ਉਂਗਲਾਂ ਉਠਾਈਆਂ ਇਹ ਗੱਲ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬਹਾਰਾ ਦੀ ਬਾਣੀ ਵਿੱਚੋਂ ਬਾਣੀ ਵੱਖ ਕਰਦੇ ਹੋ। ਕਿਉਂਕਿ ਇਹ ਨੀਵੀਂ ਜਾਤਾਂ ਦੇ ਭਗਤ ਨੇ ਉਹਨਾਂ ਦਾ ਹਾਸ਼ਰ ਸਾਡੇ ਸਾਹਮਣੇ ਕੀ ਹੋਇਆ ਇਹ ਵਡਿਆਈ ਗੁਰੂ ਨਾਨਕ ਮਹਾਰਾਜ ਨੇ ਭਗਤ ਜਣਾਂ ਨੂੰ ਦਿੱਤੀ ਜਿੱਥੇ ਗੁਰੂ ਸਹਿਬਾਨਾਂ ਦੀ ਬਾਣੀ ਉੱਥੇ ਭਗਤ ਸਹਿਬਾਨਾਂ ਦੀ ਬਾਣੀ ਅੱਜ ਜਦੋਂ ਵੀ ਸ੍ਰੀ ਮੁਖਵਾਕ ਭਗਤ ਰਵਦਾਸ ਸਾਹਿਬ ਦੀ ਬਾਣੀ ਦਾਜ ਹੈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾਜ ਹੈ ਭਗਤ ਨਾਮਦੇਵ ਜੀ ਦੀ ਬਾਣੀ ਦਾਜ ਹੈ ਤਸ ਸਿਕ ਸਜਦਾ ਕਰ ਦਿੰਦਾ ਹੈ ਇਹ ਕਹਿੰਦਾ ਮੇਰੇ ਗੁਰੂ ਦਾ ਅੱਜ ਆ ਹੁਕਮ ਹੈ ਇਹ ਨਹੀਂ ਕਹਿੰਦਾ ਵੀ ਭਗਤ ਜੀ ਦਾ ਆ ਹੁਕਮ ਹੈ ਨਹੀਂ 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 ਇਹ ਕਹਿੰਦਾ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੇਰੇ ਵਾਸਤੇ ਅੱਜ ਆ ਹੁਕਮ ਹੈ ਕਿਉਂਕਿ ਉਹਨਾਂ ਦੀ ਬਾਣੀ ਨੂੰ ਗੁਰੂ ਦਾ ਦਰਜ ਹੈ ਅੱਜ ਜਿੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਤੇ ਚੌਰ ਝੁੱਲ ਰਿਹਾ ਹੈ ਉਥੇ ਭਗਤ ਰਵਦਾਸ ਸਾਹਿਬ ਦੀ ਬਾਣੀ ਤੇ ਵੀ ਚੌਰ ਝੁੱਲ ਰਿਹਾ ਹੈ ਉਹਨਾਂ ਨੂੰ ਵੀ ਤਾਕਤ ਮਿਲੇ ਹੈ ਉਹਨਾਂ ਵਿੱਚੰ ਦੋਆ ਮਿਲੇ ਹੈ ਗੁਰੂ ਕਿਰਪਾ ਕਰੇ ਜੋ ਉਹਨਾਂ ਨੇ ਪੂਰਨੇ ਪਾਏ ਕਰਮ ਕੰਡਾਂ ਤੇ ਸੱਟ ਮਾਰੀ ਜਾਤਾਂ ਪਾਤਾਂ ਵਿੱਚੋਂ ਸਾਨੂੰ ਕੱਢਿਆ ਆਸੀਂ ਵੀ ਉਹ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਦੇ ਪਾਤਰ ਬਣਾ ਸਕੀਏ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਬੋਲਦਿਆਂ ਹੋਈਆਂ अनेका ਭੁੱਲਾਂ ਆਪ ਜੀ ਨੇ ਮਾਫ ਕਰਨੀਆਂ ਆਓ ਹੁਣ ਅਤੀ ਸਤਿਕਾਰਯੋਗ ਸ੍ਰੀ ਸਜੀਵ ਜਿੰਦਲ ਜੀ ਕੁਝ ਕੁ ਸਮੇਂ ਵਾਸਤੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਉਪਰੰਤ ਅਨੰਦ ਸਾਖ 6 ਪੌੜੀਆਂ ਜਾਪ ਫਿਰ ਅਰਦਾਸ ਬੇਨਤੀ ਹੋਵੇਗੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ